जिसमें है अमृत ज्ञान है, माणक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु तेह प्रसाद सच होए। वाहे गुरु जी की फतेह, बिघ्न विनाशन सोए। तन तन सतगुरु गरीब नवाज सच्चे पातशाह मेहरबान, दासां गरीबां सिखां सेवकां दी सदा इज्जत रखण वाले, पत रखण वाले, दया करन वाले, रख्या करन वाले, हाजरा हजूर, जहरा जहूर, सर्व कला भरपूर, अंतरजामी, सुखां दे सागर, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਦਇਆ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਮੁਕਤ ਭੁਗਤ ਜੁਗਤ ਦੇ ਦਾਤੇ, ਧੰਨ ਧੰਨ ਸੱਚੇ ਪਾਤਸ਼ਾਹ ਸਮਰੱਥ ਗੁਰੂ ਪ੍ਰਤੱਖ ਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤਾਂ ਜੋੜੋ ਦੋਵੇਂ ਹੱਥ, ਕਹੋ ਪ੍ਰੇਮ ਨਾਲ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਨ ਸੰਗਤ ਜੀ, ਆਪਾਂ ਨੂੰ ਮਹਾਰਾਜ ਗਰੀਬ ਨਵਾਜ ਜੀ ਨੇ ਸਮਾਂ ਬਖਸ਼ਿਸ਼ ਕੀਤਾ, ਕਿਰਪਾ ਕੀਤੀ, ਹਜ਼ੂਰੀ ਵਿੱਚ ਬੈਠਣ ਦਾ ਸਮਾਂ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਦਾ ਬੇਅੰਤ ਵਾਰ ਬੇਅੰਤ ਵਾਰ ਬੇਅੰਤ ਵਾਰ ਸ਼ੁਕਰ ਹੈ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕਾਈਏ ਸਿਰ, ਸਾਰੀ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਕਥਾ, ਸੁੱਖ ਦੇਣ ਵਾਲੀ ਕਥਾ, ਆਪ ਸੰਗਤਾਂ ਬੜੇ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਬਚਪਨ ਦੀ ਉਮਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ, ਸਰੀਰ ਕੋਈ ਬਹੁਤਾ ਵਧੇਰੀ ਉਮਰ ਵਾਲਾ ਨਹੀਂ ਹੈ, ਉਹ ਉਮਰ ਹੈ ਜਦੋਂ ਆਮ ਬਾਲ ਬਾਲਕਾਂ ਵਿੱਚ ਮਿਲ ਕੇ ਖੇਡਦੇ ਹੈ ਅਤੇ ਪੜ੍ਹਾਈ ਕਰਨ ਜਾਂਦੇ ਹੈ। ਦੂਜੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਗੋਪਾਲ ਪਾਂਧੇ ਕੋਲ ਪੜ੍ਹਨ ਵਾਸਤੇ ਗਏ, ਦੂਜੇ ਦਿਨ ਜੀ, ਅਤੇ ਦੂਜੇ ਦਿਨ ਹੀ ਗੋਪਾਲ ਪਾਂਧੇ ਦੇ ਉੱਤੇ ਰਹਿਮਤਾਂ ਦੀ ਝੜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਰਸਾ ਦਿੱਤੀ। ਗੁਰੂ ਸਾਹਿਬ ਰਹਿਮਤਾਂ ਕਰਨ ਆਏ ਹੈ ਅਤੇ ਮਹਾਰਾਜ ਗਰੀਬ ਨਵਾਜ ਕਿਸੇ ਨਾ ਕਿਸੇ ਤਰੀਕੇ ਨਾਲ ਰਹਿਮਤਾਂ ਹੀ ਕਰੀ ਗਏ ਜੀ, ਰਹਿਮਤਾਂ ਹੀ ਕਰੀ ਗਏ ਹੈ। ਗੋਪਾਲ ਪਾਂਧੇ ਨੂੰ ਸਿੱਖਿਆ ਦੇਣ ਵਾਸਤੇ ਮਹਾਰਾਜ ਗਰੀਬ ਨਵਾਜ ਜੀ ਨੇ ਇਹ ਕਿਰਪਾ ਕੀਤੀ, ਸ਼ਬਦ ਉਚਾਰਿਆ, ਉਸ ਸ਼ਬਦ ਦਾ ਪਾਠ ਅੱਖਰੀ ਅਰਥ ਆਪ ਜੀ ਨੇ ਕੱਲ੍ਹ ਸਰਵਣ ਕੀਤੇ ਸਨ। ਸ਼ਬਦ ਦਾ ਇੱਕ ਪਦਾ ਆਪ ਜੀ ਨੇ ਸੁਣਿਆ ਸੀਗਾ। ਮਹਾਰਾਜ ਜੀ ਨੇ ਗੋਪਾਲ ਪਾਂਧੇ ਨੂੰ ਬਹੁਤ ਮਹਾਨ ਸਿੱਖਿਆ ਦਿੱਤੀ, ਸਾਨੂੰ ਵੀ ਸਿੱਖਿਆ ਦਿੱਤੀ ਕਿਵੇਂ ਵਾਹਿਗੁਰੂ ਜੀ ਦਾ ਜਸ ਆਪਣੇ ਹਿਰਦੇ 'ਤੇ ਲਿਖਣਾ ਹੈ ਜੀ। ਆਮ ਦੁਨੀਆਦਾਰ ਵੀ ਪੜ੍ਹਾਈ ਕਰਦੇ ਹੈ, ਲੇਖੇ ਜੋਖੇ ਲਿਖਦੇ ਹੈ, ਪਰ ਵਾਹਿਗੁਰੂ ਜੀ ਦਾ ਜਸ ਕਿਵੇਂ ਆਪਣੇ ਹਿਰਦੇ 'ਤੇ ਲਿਖਣਾ ਹੈ ਜੀ। ਸੰਗਤ ਜੀ, ਜੇ ਕਿਸੇ ਕਾਗਜ਼ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਲਿਖ ਦਿੱਤੀ ਜਾਵੇ,
ਉਹ ਕਾਗਜ਼ ਪੂਜਣ ਯੋਗ ਹੋ ਜਾਂਦਾ ਹੈ ਜੀ। ਸੰਗਤਾਂ ਉਸ ਮਹਾਨ ਪਵਿੱਤਰ ਕਾਗਜ਼ ਨੂੰ ਆਪਣੇ ਮਸਤਕ 'ਤੇ ਲਾਉਂਦੀਆਂ ਨੇ, ਉਸ ਕਾਗਜ਼ ਨੂੰ ਮੱਥਾ ਟੇਕਦੀਆਂ ਨੇ। ਅਤੇ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੀ ਉਸ ਕਾਗਜ਼ ਨੂੰ ਧੰਨ ਆਖਿਆ ਹੈ, ਕਾਗਜ਼ ਹੀ ਹੈ ਜੀ। ਪਰ ਮਹਾਰਾਜ ਕਹਿੰਦੇ ਕੰਨ ਧੰਨ ਸੋ ਕਾਗਜ਼, ਕਲਮ ਧੰਨ, ਧੰਨ ਭਾਂਡਾ, ਧੰਨ ਮਸ। ਜੇ ਉਹ ਕਾਗਜ਼ ਪੂਜਨੀਕ ਹੋ ਜਾਂਦਾ ਜੀ, ਜਿਸ ਕਾਗਜ਼ 'ਤੇ ਗੁਰੂ ਜੀ ਦੀ ਬਾਣੀ ਲਿਖੀ ਜਾਵੇ, ਜੇ ਉਹ ਕਾਗਜ਼ ਪੂਜਨੀਕ ਹੋ ਜਾਂਦਾ ਜੀ, ਅਤੇ ਜਿਸ ਹਿਰਦੇ ਵਿੱਚ ਸਤਿਗੁਰੂ ਜੀ ਦੀ ਬਾਣੀ ਵੱਸ ਜਾਵੇ, ਉਹ ਮਨੁੱਖ ਕਿਉਂ ਨਾ ਪੂਜਨੀਕ ਹੋਏਗਾ ਜੀ? ਉਸ ਮਨੁੱਖ ਦੀ ਮਹਿਮਾ ਕਿਉਂ ਨਹੀਂ ਵੱਡੀ ਹੋਏਗੀ ਜੀ? ਉਸ ਮਨੁੱਖ ਦੀ ਸ਼ਖਸੀਅਤ ਕਿਉਂ ਨਾ ਵੱਡੀ ਹੋਏਗੀ ਜਿਹਦੇ ਹਿਰਦੇ ਵਿੱਚ ਅੰਮ੍ਰਿਤਮਈ ਬਾਣੀ ਵੱਸ ਜਾਏਗੀ ਜੀ? ਜੇ ਕਾਗਜ਼ ਦਾ ਇੰਨਾ ਸਤਿਕਾਰ ਹੈ, ਕਿਉਂਕਿ ਉਹਦੇ 'ਤੇ ਸਤਿਗੁਰੂ ਦੀ ਅੰਮ੍ਰਿਤ ਬਾਣੀ ਲਿਖੀ ਹੈ, ਉਹ ਕਾਗਜ਼ ਪਹਿਲਾਂ ਆਮ ਹੁੰਦਾ, ਕੋਈ ਮੱਥਾ ਨਹੀਂ ਟੇਕਦਾ ਜੀ। ਪਰ ਜਦੋਂ ਮਹਾਰਾਜ ਜੀ ਦੇ ਸ਼ਬਦ ਲਿਖੇ ਜਾਂਦੇ ਹੈ, ਸਤਿਗੁਰੂ ਜੀ ਦੀ ਪਵਿੱਤਰ ਬਾਣੀ ਲਿਖੀ ਜਾਂਦੀ ਹੈ, ਉਹਦੇ ਪ੍ਰਤੀ ਸਤਿਕਾਰ ਹਿਰਦੇ 'ਚ ਵੱਸ ਜਾਂਦਾ ਹੈ। ਬਸ ਇਸੇ ਹੀ ਤਰ੍ਹਾਂ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਦੀ ਬਾਣੀ ਵੱਸ ਜਾਂਦੀ ਹੈ ਨਾ ਜੀ, ਉਹ ਵੀ ਫਿਰ ਪੂਜਨੀਕ ਹੋ ਜਾਂਦੇ ਹੈ। ਜਿਨ੍ਹਾਂ ਨੇ ਹਿਰਦੇ 'ਚ ਵਾਹਿਗੁਰੂ ਜੀ ਦੇ ਨਾਮ ਦਾ ਲੇਖਾ ਲਿਖ ਲਿਆ ਜੀ, ਉਹ ਮਹਾਰਾਜ ਜੀ ਨੇ ਸਾਰੀ ਸਿੱਖਿਆ ਦਿੱਤੀ, ਲੰਬੀ ਵਿਚਾਰ ਕੱਲ ਤੁਸੀਂ ਸ਼ਰਵਣ ਕੀਤੀ ਹੈ। ਜ਼ਿੰਦਗੀ ਦੇ ਵਿੱਚ ਮੋਹ ਨੂੰ ਸਾੜਨਾ ਹੈ, ਮੋਹ ਨੂੰ ਸਾੜ ਕੇ ਘਸ ਘਸ ਕੇ ਸਿਆਹੀ ਬਣਾਉਣੀ ਹੈ, ਮਤ ਨੂੰ ਕਾਗਜ਼ ਬਣਾਉਣਾ, ਆਪਣੀ ਮਤ ਨੂੰ, ਮਨ ਨੂੰ ਲਿਖਾਰੀ ਲਾਉਣਾ, ਸ਼ਰਧਾ ਦੀ ਕਲਮ ਹੱਥ ਵਿੱਚ ਲੈਣੀ ਹੈ, ਅਤੇ ਗੁਰੂ ਦੀ ਮਤ ਲੈ ਕੇ ਵਾਹਿਗੁਰੂ ਜੀ ਦਾ ਨਾਮ ਲਿਖਣਾ ਹਿਰਦੇ 'ਤੇ ਜੀ। ਇਹ ਸਾਰੇ ਬਚਨ ਆਪ ਜੀ ਨੇ ਕੱਲ੍ਹ ਸੁਣੇ, ਅਰਥ ਸੁਣੇ। ਗੋਪਾਲ ਪਾਂਧਾ ਸੋਚਣ ਦਿਆ ਵੀ ਪਟਵਾਰੀ ਦਾ ਪੁੱਤਰ ਹੈ, ਦੂਜੇ ਦਿਨ ਮੇਰੇ ਕੋਲ ਆਏ ਹੈ। ਇੰਨੇ ਕੀਮਤੀ ਬਚਨ, ਇੰਨੇ ਸਿੱਖਿਆ ਵਾਲੇ ਬਚਨ, ਇੰਨੇ ਮਹਾਨ ਬਚਨ ਗੋਪਾਲ ਪਾਂਧੇ ਦੇ ਅੰਦਰ ਗੁਰੂ ਸਾਹਿਬ ਜੀ ਨੂੰ ਲੈ ਕੇ ਬਹੁਤ ਮਹਾਨ ਸ਼ਰਧਾ ਵੱਧ ਗਈ ਜੀ। ਗੋਪਾਲ ਪਾਂਧਾ ਗੁਰੂ ਸਾਹਿਬ ਜੀ ਨੂੰ ਲੈ ਕੇ ਨਾ ਜੀ ਬਹੁਤ ਮਹਾਨ ਸ਼ਰਧਾ ਆਪਣੇ ਹਿਰਦੇ ਵਿੱਚ ਲੈ ਕੇ ਬੈਠ ਗਿਆ। ਕਮਾਲ ਹੈ, ਇੰਨੀ ਛੋਟੀ ਉਮਰ 'ਤੇ ਇੰਨੇ ਗਿਆਨ ਵਾਲੇ ਬਚਨ ਜੀ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਸਰਵਣ ਕਰਨਾ ਹੈ। ਦੋਵੇਂ ਹੱਥ ਜੋੜ ਕੇ ਪ੍ਰੇਮ ਨਾਲ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਸ਼੍ਰੋਨਨ ਮਨ ਗੁਣ ਹੈ, ਪੁਨ ਪਾਂਧੇ ਅਚਰਜ ਕੀਨ। ਜਦੋਂ ਗਰੀਬ ਨਵਾਜ ਜੀ ਦੇ ਮੁਖੋਂ ਗੋਪਾਲ ਪਾਂਧੇ ਨੇ ਬਚਨ ਸੁਣੇ ਨਾ ਜੀ, ਸ਼ਬਦ ਸੁਣਿਆ, ਸ਼ਬਦ ਦੇ ਅਰਥ ਸੁਣੇ, ਅਤੇ ਗੋਪਾਲ ਪਾਂਧਾ ਬੜਾ ਹੈਰਾਨ ਹੋ ਗਿਆ ਜੀ। ਹੈ ਮਹਾਰਾਜ ਜੀ ਦਾ ਉਸਤਾਦ ਆਪਣੇ ਆਪ ਨੂੰ ਅਖਵਾਉਂਦਾ ਹੈ, ਅਤੇ ਪੜ੍ਹਾਉਣ ਵਾਲਾ ਉਸਤਾਦ ਬਹੁਤ ਜ਼ਿਆਦਾ ਮਨ ਵਿੱਚ ਹੈਰਾਨ ਹੋ ਗਿਆ, ਅਤੇ ਮਨ ਵਿੱਚ ਇਹ ਵਿਚਾਰ ਕਰ ਰਿਹਾ ਹੈ ਜੀ। ਹਾਂਜੀ, ਦੁਤੀਏ ਇੰਦਰਾ ਕਿੰਦ ਜਿਉਂ, ਜੌਨ ਬੈਨ ਇੱਕ ਕੀਨ। ਜੌਨ ਬੈਨ ਇਨ ਕੀਨ, ਭਾਈ ਸੰਤੋਖ ਸਿੰਘ ਜੀ ਲਿਖਦੇ ਹੈ, ਗੋਪਾਲ ਪਾਂਧਾ ਜੀ ਇਹ ਗੱਲ ਕਹਿੰਦੇ ਹੈ ਵੀ ਹੈ ਤਾਂ ਦੂਜ ਦਾ ਚੰਦ, ਪਰ ਗੱਲ ਪ੍ਰਕਾਸ਼ ਜਿਹੜਾ ਉਹ ਪੁੰਨਿਆਂ ਵਾਲਾ ਹੈ ਜੀ। ਦੂਜ ਦਾ ਚੰਦ ਕਿਹਨੂੰ ਕਹਿੰਦੇ ਹੈ ਜੀ? ਜਦੋਂ ਚੰਦਰਮਾ ਪੁੰਨਿਆਂ ਤੋਂ ਮੱਸਿਆ ਤੋਂ ਬਾਅਦ ਵਧਣਾ ਸ਼ੁਰੂ ਹੁੰਦਾ ਨਾ ਜੀ, ਅਤੇ ਜਦੋਂ ਦੋ ਦਿਨ ਦਾ ਹੋਵੇ ਉਹਨੂੰ ਦੂਜ ਦਾ ਚੰਦ ਕਹਿੰਦੇ ਹੈ ਜੀ, ਵੀ ਦੂਜ ਦਾ ਚੰਦ। ਹੁਣ ਦੂਜ ਦੇ ਚੰਦ ਦੀ ਰੋਸ਼ਨੀ ਉਹਦੇ ਜਿੰਨੀ ਹੋਣੀ ਹੈ, ਅਤੇ ਜਿਸ ਦਿਨ ਪੁੰਨਿਆਂ ਦੀ ਰਾਤ ਹੁੰਦੀ ਹੈ ਜੀ, ਪੂਰਨਮਾਸ਼ੀ ਜਿਸ ਦਿਨ ਹੁੰਦੀ ਹੈ,
ਉਦਣ ਤੁਸੀਂ ਵੇਖਿਓ ਬਾਹਰ ਕੋਠਿਆਂ 'ਤੇ ਚੜ੍ਹ ਕੇ ਇੱਕ ਵੱਖਰੇ ਕਿਸਮ ਦਾ ਪ੍ਰਕਾਸ਼ ਹੋਏਗਾ ਜੀ। ਪੁਰਾਣੇ ਕੋਠਿਆਂ 'ਤੇ ਸੌਂਦੇ ਸਨ ਉਹਨਾਂ ਨੂੰ ਪਤਾ ਸੀਗਾ ਵੱਖਰੇ ਕਿਸਮ ਦਾ ਪ੍ਰਕਾਸ਼ ਹੁੰਦਾ ਸੀ ਪੁੰਨਿਆ ਵਾਲੀ ਰਾਤ ਨੂੰ ਜੀ, ਪੁੰਨਿਆ ਵਾਲੀ ਰਾਤ ਨੂੰ। ਉਹ ਹੁਣ ਪੁਰਾਤਨ ਹੈ ਜੀ। ਗੋਪਾਲ ਪੰਥ ਆਪਣੇ ਮਨ ਵਿੱਚ ਸੋਚਣ ਦਿਆ ਵੀ ਹੈ ਤਾਂ ਦੂਜ ਦੇ ਚੰਦ ਵਰਗੇ ਹੈ, ਵੀ ਅਜੇ ਸਰੀਰਕ ਉਮਰ ਸਰੀਰ ਅਤੇ ਦੂਜ ਦੇ ਚੰਦ ਜਿੱਡਾ ਹੀ ਹੈ ਨਾ ਜੀ, ਛੋਟਾ ਜਿਹਾ ਸਰੀਰ ਹੈ, ਪਰ ਜਿਹੜਾ ਪ੍ਰਕਾਸ਼ ਹੈ ਉਹ ਪੁੰਨਿਆਂ ਦੇ ਚੰਦ ਵਰਗਾ, ਭਾਵ ਉਮਰ ਬੱਚਿਆਂ ਵਾਲੀ ਅਤੇ ਗੱਲਾਂ ਬਹੁਤ ਵੱਡੀਆਂ ਨੇ, ਬਚਨ ਇਹਨਾਂ ਦੇ ਬੜੇ ਵੱਡੇ ਹਨ। ਹਾਂਜੀ ਚੌਪਾਈ, ਹਾਂਜੀ ਚਕੋਰ ਰੁੱਚ ਚਮਕੀ ਚਾਰੂ, ਅਤੇ ਹਿਰਦੇ ਵਿੱਚ ਕੀ ਵਿਚਾਰ ਕੀਤੀ ਹੈ, ਕਮਾਲ ਹੈ। ਅਤੇ ਹੁਣ ਗੋਪਾਲ ਪੰਥ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਜਦੋਂ ਅੰਦਰ ਸੰਤੋਖ ਵਧਿਆ, ਸ਼ਾਂਤੀ ਵਧੀ ਨਾ, ਅਤੇ ਗੋਪਾਲ ਪੰਥ ਜੀ ਚਕੋਰ ਵਾਂਗੂ ਹਿਰਦਾ ਜਾਗ ਪਿਆ ਜੀ ਉਹਨਾਂ ਦਾ ਜੀ। ਮਹਾਰਾਜ ਜੀ ਨੂੰ ਬੜੇ ਧਿਆਨ ਨਾਲ ਦੇਖਣ, ਦਰਸ਼ਨ ਕਰਨ ਮਹਾਰਾਜ ਜੀ ਦੇ। ਹਾਂਜੀ ਬਾਲਨ ਤੁਲ ਨਾ ਬਾਲ ਅਚਾਰੂ, ਤੇ ਪਤਾ ਕੀ ਗੋਪਾਲ ਪੰਥ ਜੀ ਸੋਚਣ ਦੇ ਹੈ, ਅੱਜ ਤੱਕ ਮੇਰੇ ਕੋਲ ਬੜੇ ਬੱਚੇ ਪੜ੍ਹੇ ਹੈ, ਪਰ ਇਹੋ ਜਿਹਾ ਬੱਚਾ ਨਹੀਂ ਕਦੀ ਆਇਆ ਪੜ੍ਹਨ ਵਾਸਤੇ, ਇਹ ਬਾਲਕ ਆਮ ਬਾਲਕਾਂ ਵਰਗਾ ਨਹੀਂ ਹੈਗਾ, ਬਿਲਕੁਲ ਆਮ ਬਾਲਕਾਂ ਵਰਗਾ ਨਹੀਂ ਹੈ। ਹਾਂਜੀ ਕਾਲਾ ਵਿਸਾਲ ਦਿਆਲ ਭਲ ਭਾਂਤੀ, ਕੋਈ ਹੋਰ ਬਾਲਕ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ, ਇਹਨਾਂ ਦੇ ਅੰਦਰ ਬੜੀ ਵਿਸ਼ਾਲ ਕਲਾ ਹੈ, ਬੜੀ ਮਹਾਨ ਕਲਾ, ਬੜੀ ਮਹਾਨ ਦਿਆਲਤਾ, ਬੜਾ ਹਿਰਦਾ ਦਇਆ ਵਿੱਚ ਭਿੱਜਿਆ ਹੋਇਆ। ਹਾਂਜੀ ਜਨ ਕਲ ਮਲ ਕਲ ਬਲ ਆ ਰਾਤੀ, ਤੇ ਬੜੇ ਮਹਾਨ ਇਹ ਬਾਲਕ ਹੈ, ਆਮ ਬਾਲਕਾਂ ਵਰਗਾ ਬਾਲਕ ਨਹੀਂ ਹੈ। ਹਾਂਜੀ ਸੂਝ ਪਰੀ ਬੁੱਝਣ ਹਿਤ ਉਦਤਿਓ, ਜਦੋਂ ਗੋਪਾਲ ਪਾਂਧੇ ਨੂੰ ਸਮਝ ਪੈ ਗਈ ਨਾ ਇਹ ਆਮ ਬਾਲਕਾਂ ਵਰਗੇ ਨਹੀਂ ਹੈਗੇ, ਤੇ ਗੋਪਾਲ ਪਾਂਧੇ ਨੇ ਇਹ ਗੱਲ ਹਿਰਦੇ ਚੋਂ ਕੱਢ ਦਿੱਤੀ ਵੀ ਮੈਂ ਇਹਨਾਂ ਦਾ ਉਸਤਾਦ ਹੈ ਜੀ, ਇਹ ਗੱਲ ਹਿਰਦੇ ਚੋਂ ਕੱਢ ਦਿੱਤੀ ਜੀ ਵੀ ਮੈਂ ਇਹਨਾਂ ਨੂੰ ਪੜ੍ਹਾਉਣਾ ਹੈ, ਇਹ ਗੱਲ ਗੋਪਾਲ ਪਾਂਧੇ ਨੇ ਆਪਣੇ ਹਿਰਦੇ ਵਿੱਚੋਂ ਕੱਢ ਹੀ ਦਿੱਤੀ ਜੀ। ਅਤੇ ਹੁਣ ਗੋਪਾਲ ਪਾਂਧਾ ਜੀ ਸਿੱਖਿਆ ਲੈਣ ਵਾਸਤੇ ਸਤਿਗੁਰੂ ਜੀ ਨੂੰ ਪੁੱਛਣ ਲੱਗੇ ਆ, ਸਿੱਖਿਆ ਲੈਣ ਵਾਸਤੇ ਜੀ। ਜਿੰਨਾ ਚਿਰ ਤੱਕ ਬੰਦੇ ਦਾ ਮਨ ਪੂਰਾ ਤਿਆਰ ਨਹੀਂ ਹੋਏਗਾ ਉਹਨਾਂ ਚਿਰ ਕਿਸੇ ਨੂੰ ਕਿਵੇਂ ਪੁੱਛੇਗਾ ਸਿੱਖਿਆ ਵਾਲਾ ਬਚਨ। ਜਦੋਂ ਕਿਸੇ ਕੋਲੋਂ ਸਿੱਖਿਆ ਲੈਣੀ ਹੋਵੇ ਨਾ ਜੀ, ਪਹਿਲਾਂ ਉਹਨੂੰ ਮਹਾਨ ਸਮਝਣਾ ਪੈਂਦਾ ਹੈ, ਉਹਨੂੰ ਆਪ ਤੋਂ ਸਿਆਣਾ ਸਮਝਣਾ ਪੈਂਦਾ, ਫਿਰ ਗੱਲ ਬਣਦੀ ਹੈ। ਗੋਪਾਲ ਪਾਂਧਾ ਜੀ ਮਹਾਰਾਜ ਜੀ ਨੂੰ ਪੁੱਛਣ ਦਾ ਫੁਰਨਾ ਬਣਾ ਰਹੇ ਹੈ। ਹਾਂਜੀ ਕਮਲ ਬਦਨ ਅਲ ਬਚ ਗੁਰ ਵਿਦਤਿਓ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬੈਠੇ ਹੱਥ ਜੋੜ ਕੇ, ਤੇ ਮਹਾਰਾਜ ਜੀ ਨੂੰ ਹੁਣ ਪੁੱਛਣ ਲੱਗੇ ਹੈ। ਹਾਂਜੀ ਆਰਜ ਸੁਜਨ ਭਜਨ ਜਲ ਮੀਨਾ, ਸੁਨੇ ਨਾ ਦੇਖੇ ਮੈਂ ਅਤ ਦੀਨਾ, ਆਰਜ ਸੁਜਨ ਭਜਨ ਜਲ ਮੀਨਾ, ਸੁਨੇ ਨਾ ਦੇਖੇ ਮੈਂ ਅਤ ਦੀਨਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਮੈਂ ਆਪਣੀ ਜ਼ਿੰਦਗੀ ਵਿੱਚ ਬੜੇ ਬੜੇ ਭਗਤ ਵੇਖੇ ਵੀ ਹੈ ਅਤੇ ਸੁਣੇ ਵੀ ਹੈ, ਸੁਣੇ ਸੋ ਦੇਖੇ ਮੈਂ ਅਤ ਦੀਨਾ, ਮੈਂ ਆਪਣੀ ਜ਼ਿੰਦਗੀ 'ਚ ਬੜੇ ਬੜੇ ਭਗਤ ਬੰਦੇ ਵੇਖੇ ਹੈ, ਬੜੇ ਬੜੇ ਗਿਆਨਵਾਨ ਪੁਰਸ਼ ਵੇਖੇ ਹੈ, ਜਿਨ੍ਹਾਂ ਦਾ ਮਨ ਮੱਛੀ ਵਰਗਾ, ਜਿਵੇਂ ਮੱਛੀ ਪਾਣੀ 'ਚੋਂ ਨਿਕਲੇ ਅਤੇ ਮਰਦੀ ਹੈ ਨਾ ਜੀ, ਉਵੇਂ ਉਹ ਵੀ ਰੱਬ ਦੀ ਯਾਦ ਤੋਂ ਬਗੈਰ ਨਹੀਂ ਰਹਿ ਸਕਦੇ ਜੀ। ਗੋਪਾਲ ਪਾਂਧਾ ਜੀ ਦੱਸ ਰਹੇ, ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਗੁਰਮੁਖ ਦੇ, ਮਹਾਂਪੁਰਖ ਦੇ ਦਰਸ਼ਨ ਕੀਤੇ ਹੋਣਗੇ, ਜਿਹੜੇ ਸਤਿਗੁਰੂ ਜੀ ਤੋਂ ਬਗੈਰ ਨਹੀਂ ਸੀ ਰਹਿ ਸਕਦੇ ਜੀ, ਦੇਖੇ ਹੋਣਗੇ, ਦਰਸ਼ਨ ਕੀਤੇ ਹੋਣਗੇ, ਬੜੇ ਸ੍ਰੇਸ਼ਟ ਉੱਤਮ ਭਾਗ ਹੋਣ, ਕਿਸੇ ਨੂੰ ਇਹ ਸਮਾਂ ਮਿਲਦਾ ਵੀ ਉਹ ਕਿਸੇ ਪੂਰਨ ਪੁਰਸ਼ ਦੇ ਦਰਸ਼ਨ ਕਰੇ, ਉਹ ਕਿਸੇ ਮਹਾਂਪੁਰਖ ਦੇ ਦਰਸ਼ਨ ਕਰ ਲਏ, ਨਹੀਂ ਤਾਂ ਕਿਸੇ ਨਿਤਨੇਮੀ ਗੁਰਸਿੱਖ ਦੇ ਹੀ ਦਰਸ਼ਨ ਕਰ ਲਏ ਵੀ ਵੱਡੇ ਭਾਗ ਹੋਣ ਫਿਰ ਜੀ। ਗੋਪਾਲ ਪਾਂਧਾ ਜੀ ਕਹਿੰਦੇ, ਮਹਾਰਾਜ ਮੈਂ ਆਪਣੀ ਜ਼ਿੰਦਗੀ ਵਿੱਚ ਸ੍ਰੇਸ਼ਟ ਭਗਤ, ਨਾਮ ਜਪਣ ਵਾਲੇ, ਜਿਹੜੇ ਨਾਮ ਤੋਂ ਬਗੈਰ ਨਹੀਂ ਰਹਿ ਸਕਦੇ,
ਮੈਂ ਆਪਣੀ ਜ਼ਿੰਦਗੀ 'ਚ ਉਹਨਾਂ ਦਾ ਜਸ ਸੁਣਿਆ ਵੀ ਹੈ ਅਤੇ ਮੈਂ ਇਹਨਾਂ ਨੇਤਰਾਂ ਰਾਹੀਂ ਉਹਨਾਂ ਦੇ ਦਰਸ਼ਨ ਵੀ ਕੀਤੇ ਹੈ। ਹਾਂਜੀ, ਆਸਨ ਬਸਨ ਤਨ ਪ੍ਰਾਪਤ ਨਾਹੀਂ, ਪਰ ਹੁਣ ਮੈਂ ਕੀ ਕਰਾਂ, ਮੈਂ ਤਾਂ ਗਰੀਬ ਆਦਮੀ ਹਾਂ, ਮੇਰੇ ਕੋਲ ਭੋਜਨ ਨਹੀਂ ਹੈਗਾ ਛਕਣ ਵਾਸਤੇ, ਪਾਉਣ ਵਾਸਤੇ ਵਸਤਰ ਨਹੀਂ ਹੈਗੇ, ਜੇ ਮੈਂ ਲੋਭ ਨਾ ਰੱਖਾਂ, ਜੇ ਮੈਂ ਮੋਹ ਨਾ ਰੱਖਾਂ ਤਾਂ ਮੇਰਾ ਗੁਜ਼ਾਰਾ ਨਹੀਂ ਚੱਲਦਾ, ਮੈਨੂੰ ਪ੍ਰਸ਼ਾਦਾ ਕੌਣ ਦਿਆ ਕਰੇਗਾ, ਮੈਨੂੰ ਕੱਪੜੇ ਕੌਣ ਦਿਆ ਕਰੇਗਾ। ਹਾਂਜੀ, ਆਵਹਿ ਖਾਹੇ ਰੰਕ ਸੇ ਆਹੀ, ਮਹਾਰਾਜ ਮੈਂ ਇਹ ਕਾਰਜ ਨਾ ਕਰਾਂ ਤੇ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਮੈਂ ਤੇ ਕੰਗਾਲ ਹੋ ਜਾਵਾਂਗਾ। ਕਹਿੰਦਾ ਅੱਜ ਕੇ ਆਖੋ ਵਾਹਿਗੁਰੂ, ਆਪਣੇ ਚੋਂ ਵੀ ਬਹੁਤੇ ਕਹਿੰਦੇ ਆ ਵੀ ਜੇ ਨਾਮ ਜਪਣ ਲੱਗ ਪਈਏ, ਕੰਮ ਕਾਰ ਨਾ ਕਰੀਏ ਤੇ ਭੁੱਖੇ ਮਰਾਂਗੇ। ਕੰਮ ਕਾਰ ਵੀ ਕਹਿੰਦੇ ਕਰਨਾ ਤੇ ਮਹਾਰਾਜ ਨੇ ਤੇ ਕਿਤੇ ਮਨਾਹੀ ਨਹੀਂ ਕੀਤੀ ਜੀ, ਮਹਾਰਾਜ ਨੇ ਤੇ ਕਿਤੇ ਮਨਾਹੀ ਨਹੀਂ ਕੀਤੀ। ਗੋਪਾਲ ਪਾਂਧਾ ਗੁਰੂ ਜੀ ਨੂੰ ਕਹਿ ਰਿਹਾ, ਕਹਿੰਦਾ ਮਹਾਰਾਜ ਮੈਂ ਗਰੀਬ ਬੰਦਾ, ਜੇ ਮੈਂ ਕੰਮ ਕਾਰ ਨਾ ਕਰਾਂ, ਬੱਚਿਆਂ ਨੂੰ ਨਾ ਪੜ੍ਹਾਵਾਂ, ਲੇਖਾ ਪੜ੍ਹਨਾ ਨਾ ਸਿਖਾਵਾਂ ਤੇ ਮੈਨੂੰ ਮਰਨਾ, ਵਾਹਿਗੁਰੂ ਮੈਨੂੰ ਭੁੱਖੇ ਰਹਿਣਾ ਪੈਣਾ। ਹਾਂਜੀ, ਇਸ ਕਰ ਮੁਰ ਉਰ ਸ਼ਰਧਾ ਹਾਰੀ, ਇਸ ਕਰਕੇ ਮੈਂ ਦਿਲ ਵਿੱਚੋਂ ਸ਼ਰਧਾਹੀਨ ਜਿਹਾ ਹੋ ਗਿਆ। ਮੈਂ ਲੇਖੇ ਜੋਖੇ ਆਪ ਪੜ੍ਹਦਾ, ਬੱਚਿਆਂ ਨੂੰ ਪੜ੍ਹਾਉਣਾ ਮੇਰਾ ਕੰਮ ਹੈ। ਹਾਂਜੀ, ਸਿਰ ਮਰਨਾ ਸਭ ਹਿੰਨ ਇੱਕ ਸਾਰੀ, ਤੇ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨੇ ਇੱਕ ਵਾਰ ਮਰਨਾ ਮੈਨੂੰ ਚੇਤਾ ਭੁੱਲਿਆ ਪਿਆ, ਮੌਤ ਮੇਰੇ ਹਿਰਦੇ 'ਚੋਂ ਚੇਤਾ ਭੁੱਲੀ ਪਈ ਹੈ। ਮੈਨੂੰ ਇਹ ਹੈ ਵੀ ਮੈਂ ਬੱਚਿਆਂ ਨੂੰ ਲੇਖਾ ਜੋਖਾ ਕਰਨਾ ਸਿਖਾਵਾਂ, ਆ ਗਿਣਤੀ ਪੜ੍ਹਨੀ ਸਿਖਾਵਾਂ, ਮੈਨੂੰ ਪੈਸੇ ਮਿਲਣ ਤੇ ਮੇਰਾ ਗੁਜ਼ਾਰਾ ਹੋਵੇ। ਹਾਂਜੀ, ਦੋਹਰਾ ਧਰਾ ਧੀਰ ਦਾ ਧਰਮ ਧੁਰ ਪਾਂਧੇ ਕੇ ਸੁਨ ਬੈਨ, ਦੁਤੀਏ ਸ਼ਬਦ ਪਦ ਬਦਨ ਤੇ ਬੰਦਤ ਹੈ ਸ਼ਰਧਾ ਦੈਨ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਪਾਲ ਪਾਂਧੇ ਦਾ ਪ੍ਰਸ਼ਨ ਸੁਣਿਆ ਨਾ ਜੀ, ਤੇ ਗੋਪਾਲ ਪਾਂਧੇ ਨੂੰ ਸਿੱਖਿਆ ਦੇਣ ਵਾਸਤੇ, ਉਹਦਾ ਹੋਰ ਭਲਾ ਕਰਨ ਵਾਸਤੇ ਸ਼ਬਦ ਦਾ ਅਗਲਾ ਪਦਾ ਮਹਾਰਾਜ ਜੀ ਨੇ ਉਚਾਰਿਆ ਜੀ। ਹਾਂਜੀ, ਸ਼੍ਰੀ ਮੁਖ ਵਾਕ ਜਿੱਥੇ ਮਿਲਹਿ ਵਡਿਆਈਆਂ, ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿੱਕੇ ਨਿਕਲ ਹੈ ਜਿਨ ਮਨ ਸੱਚਾ ਨਾਓ, ਕਰਮ ਮਿਲੇ ਤਾਂ ਪਾਈਐ ਨਾਹੀਂ ਗਲੀ ਵਾਓ ਦੁਆਓ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਆ ਵੀ ਕੰਮ ਤੋਂ ਬਗੈਰ ਸਰਨਾ ਨਹੀਂ ਹੈ, ਅਤੇ ਉਹ ਫਿਰ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ ਜੀ, ਬਹੁਤ ਸਾਰੇ ਜੀ ਜਿਨ੍ਹਾਂ 'ਤੇ ਮਿਹਰ ਹੈ ਉਹ ਗੁਰੂ ਦੀ ਸੰਗਤ 'ਚ ਆ ਜਾਂਦੇ ਆ, ਬਹੁਤ ਸਾਰੇ ਇਹੋ ਕਹਿੰਦੇ ਆ, ਅਤੇ ਬਹੁਤ ਸਾਰਿਆਂ ਨੇ ਤਾਂ ਨਾਮ ਜਪਣਾ ਵੀ ਧੰਦਾ ਬਣਾਇਆ ਜੀ, ਬਾਣੀ ਪੜ੍ਹਨੀ ਵੀ ਇੱਕ ਧੰਦਾ ਹੈ। ਮਹਾਰਾਜ ਕਹਿੰਦੇ ਗੱਲਾਂ ਨਾਲ ਬਾਤ ਨਹੀਂ ਬਣਦੀ ਗੋਪਾਲ ਪਾਂਧੇ ਨੂੰ, ਹੁਣ ਵੇਖ ਲਓ ਮਹਾਰਾਜ ਜੀ ਦੀ ਦੂਜੇ ਦਿਨ ਆ ਮਹਾਰਾਜ ਪੜ੍ਹਨ ਗਏ ਅਤੇ ਉਸੇ ਦਿਨ ਹੀ ਮਹਾਰਾਜ ਦੂਜੇ ਦਿਨ ਹੀ ਕਿਰਪਾ ਕਰਤੀ। ਮਹਾਰਾਜ ਕਹਿੰਦੇ ਨਾ ਗੱਲਾਂ ਨਾਲ ਗੱਲ ਨਹੀਂ ਬਣਦੀ, ਗੱਲਾਂ ਨਾਲ ਗੱਲ ਨਹੀਂ ਬਣਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਵਡਿਆਈਆਂ ਪਰਮੇਸ਼ਰ ਦੇ ਘਰ ਬੜੀਆਂ ਵਡਿਆਈਆਂ ਨੇ, ਛੋਟੇ ਮੋਟੇ ਵਸਤਰਾਂ ਦੀ ਗੱਲ ਨਹੀਂ ਹੈਗੀ, ਉੱਥੇ ਸਦਾ ਖੁਸ਼ੀਆਂ ਨੇ, ਉੱਥੇ ਸਦਾ ਚਾਓ ਨੇ, ਜਿਹੜੇ ਉਹਦੇ ਨਾਮ ਜਖਦੇ ਉਹਨਾਂ ਦੇ ਮਸਤਕ 'ਤੇ ਫਿਰ ਮਿਹਰ ਦੀਆਂ ਨਿਸ਼ਾਨੀਆਂ ਪੈ ਜਾਂਦੀਆਂ ਨੇ, ਉਹਨਾਂ ਦੇ ਮੁੱਖ 'ਤੇ ਟਿੱਕੇ ਨਿਕਲ ਆਉਂਦੇ ਆ, ਤਿਲਕ ਲੱਗਦੇ ਆ ਜਿਨ੍ਹਾਂ ਦੇ ਮਨ 'ਚ ਨਾਮ ਵੱਸ ਜਾਂਦਾ ਹੈ। ਇਸੇ ਸ਼ਬਦ ਦੇ ਅਰਥ ਸਾਰੇ ਸੁਣੋ, ਮਹਾਰਾਜ ਦੱਸ ਰਹੇ ਹੈ। ਹਾਂਜੀ, ਚੌਪਈ ਨਹਿ ਪਾਂਧਾ ਉਰ ਧਾਰੋ ਐਸੇ, ਮਹਾਰਾਜ ਕਹਿੰਦੇ ਪਾਂਧਾ ਜੀ ਆਪਣੇ ਹਿਰਦੇ ਵਿੱਚ ਇਹੋ ਜਿਹੀ ਗੱਲ ਨਾ ਸੋਚੋ। ਹਾਂਜੀ, ਅਗਿਆਨੀ ਨਰ ਮਰ ਹੈ ਜੈਸੇ, ਅਗਿਆਨੀ ਮਨੁੱਖ ਜਦੋਂ ਮਰ ਜਾਂਦਾ ਹੈ ਨਾ ਮਹਾਰਾਜ ਕਹਿੰਦੇ, ਹਾਂਜੀ, ਸ਼ਹਿ ਸ਼ੌਂਕਣ ਸੋ ਮਰਨਾ ਤਿੰਨ ਕੋ, ਜਨਮ ਜੋਨ ਪੁੰਨ ਪੁੰਨ ਤਿੰਨ ਗਨ ਕੋ, ਤੇ ਨਾਮ ਨਹੀਂ ਜਪਦਾ ਜਦੋਂ ਮਰਦਾ ਤੇ ਮਹਾਰਾਜ ਕਹਿੰਦੇ ਬਾਰ ਬਾਰ ਉਹਨੂੰ ਜੰਮਣਾ ਪੈਂਦਾ, ਬਾਰ ਬਾਰ ਮਰਨਾ ਪੈਂਦਾ, ਜਨਮ ਮਰਨ ਦਾ ਗੇੜ ਨਹੀਂ ਮੁੱਕਦਾ। ਹਾਂਜੀ, ਨਿਤ ਚਿੱਤ ਹਰਖਤ ਸੰਤ ਸੁਖੈਨਾ,
ਜਮ ਦੂਤਨ ਤੇ ਤਿੰਨ ਮਨ ਭੈ ਨਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਗੋਪਾਲ ਪਾਂਧੇ ਨੂੰ, ਮਹਾਰਾਜ ਕਹਿੰਦੇ ਅਗਿਆਨੀਆਂ ਦੀ ਤਰ੍ਹਾਂ ਨਾ ਜ਼ਿੰਦਗੀ ਜੀਵੋ, ਇੱਥੇ ਤਾਂ ਲੇਖੇ ਜੋਖੇ ਵਿੱਚ ਪਾਓਗੇ, ਅੱਗੇ ਫਿਰ ਜਮਾਂ ਦਾ ਭੈ ਪਏਗਾ। ਜਿਹੜੇ ਸੰਤ ਗੁਰਮੁਖ ਨਾਮ ਜਪਦੇ ਹੈ ਉਹ ਸਦਾ ਪ੍ਰਸੰਨ ਰਹਿੰਦੇ ਹੈ, ਸੁਖੀ ਰਹਿੰਦੇ ਹੈ, ਉਹਨਾਂ ਨੂੰ ਜਮਦੂਤਾਂ ਦਾ ਕੋਈ ਡਰ ਨਹੀਂ ਹੈਗਾ ਜੀ, ਵੀ ਮੈਨੂੰ ਕੋਈ ਮਾਰੇਗਾ ਜੀ। ਹਾਂਜੀ, ਸਦ ਖੁਸ਼ੀਆਂ ਚਿੱਤ ਚਾਉ ਕਨੇਰਾ, ਜਪਤ ਨਾਮ ਹਰ ਹੇ ਰਹਿ ਨੇਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਜਪਣ ਵਾਲਿਆਂ ਦੀ ਅਵਸਥਾ ਬਣੀ ਹੁੰਦੀ ਹੈ ਕਿ ਨਾਮ ਜਪਣ ਵਾਲਿਆਂ ਨੂੰ ਹਰ ਵਕਤ ਚਾਅ ਹੀ ਚੜਿਆ ਰਹਿੰਦਾ ਹੈ, ਹਰ ਵਕਤ ਖਿੜੇ ਹੀ ਰਹਿੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਦਾਸ ਨੇ ਦੋ ਤਿੰਨ ਗੁਰਮੁਖਾਂ ਦੇ ਦਰਸ਼ਨ ਕੀਤੇ ਜਿਨ੍ਹਾਂ ਨੂੰ ਹਰ ਵਕਤ ਚਾਅ ਚੜਿਆ ਰਹਿੰਦਾ ਜੀ। ਆਮ ਬੰਦੇ ਆਪਾਂ ਸੰਸਾਰੀ ਵੇਖ ਲਈਏ, ਕਿਸੇ ਨਾ ਕਿਸੇ ਗੱਲ ਦੀ ਉਦਾਸੀ ਛਾਈ ਹੁੰਦੀ ਅਤੇ ਬੰਦੇ ਉਦਾਸ ਰਹਿੰਦੇ ਆ ਜੀ, ਕਿਸੇ ਨਾ ਕਿਸੇ ਗੱਲ ਦੀ ਉਦਾਸੀ ਛਾਈ ਹੁੰਦੀ ਹੈ, ਅਤੇ ਨਾਮ ਜਪਣ ਵਾਲਿਆਂ ਨੂੰ ਹਰ ਵਕਤ ਚਾਅ ਚੜਿਆ ਹੁੰਦਾ ਜੀ, ਹਰ ਵਕਤ ਚਾਅ ਚੜਿਆ ਹੁੰਦਾ, ਅਤੇ ਜਿਹੜਾ ਉਹਨਾਂ ਦੇ ਕੋਲ ਬਹਿੰਦਾ ਉਹਨਾਂ ਨੂੰ ਵੀ ਜਾ ਕੇ ਚਾਅ ਚੜ ਜਾਂਦਾ ਜੀ, ਇੰਨਾ ਉਹਨਾਂ ਨੂੰ ਚਾਅ ਹੁੰਦਾ, ਉਹਨਾਂ ਦੇ ਅੰਦਰ ਖੇੜਾ ਹੁੰਦਾ। ਮਹਾਰਾਜ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ, ਸਦਾ ਵਿਗਾਸ, ਉਹ ਸਦਾ ਵਿਗਾਸ ਵਿੱਚ ਹੁੰਦੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਪਤ ਨਾਮ ਹਰ ਰਹਿ ਹੇ ਰਹਿ ਨੇਰਾ। ਪੁਰੋਹਿਤ ਜੀ, ਇਹ ਸਭ ਬੰਦੇ ਦੇ ਆਲਸ ਹੈਗੇ, ਛੱਡ ਦਿਓ। ਨਾਮ ਜਪਣ ਵਾਲੇ ਨੂੰ ਖੁਸ਼ੀਆਂ ਹੀ ਖੁਸ਼ੀਆਂ, ਉਹਨੂੰ ਚਾਅ ਚੜਿਆ ਰਹਿੰਦਾ, ਅਤੇ ਨਾਮ ਜਪ ਜਪ ਕੇ ਕੁਝ ਸਮੇਂ ਬਾਅਦ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ, ਵਾਹਿਗੁਰੂ ਜੀ ਉਹਨੂੰ ਨੇੜੇ ਹੀ ਵਿਖਣ ਲੱਗ ਪੈਂਦੇ ਹੈ ਵੀ ਮੇਰੇ ਨਾਲ ਨੇ। ਇਹ ਵੀ ਸਮੇਂ ਨਾਲ ਜਾ ਕੇ ਸੰਗਤ ਜੀ ਪਤਾ ਲੱਗਦਾ ਕਿਸੇ ਗੁਰਮੁਖ ਪਿਆਰੇ ਨੂੰ ਤਰੁੱਠ ਕੇ ਮਹਾਰਾਜ ਇਹ ਅਵਸਥਾ ਦੇ ਦੇਣ, ਉਹਨੂੰ ਅੱਠੇ ਪਹਿਰ ਮਹਾਰਾਜ ਨੇੜੇ ਨਜ਼ਰ ਆਉਣ ਲੱਗ ਪੈਂਦੇ ਹੈ। ਹਾਂਜੀ, ਚਿੱਤ ਅਚਿੰਤ ਤਨ ਤਜ ਜਬ ਜਾਈ, ਆਗੈ ਮਿਲਹੈ ਤਿਨਹੈ ਵਡਿਆਈ। ਮਹਾਰਾਜ ਕਹਿੰਦੇ ਇਹੋ ਜਿਹੇ ਮਨੁੱਖ ਨਾਮ ਜਪਣ ਵਾਲੇ ਜਦੋਂ ਸਰੀਰ ਤਿਆਗਦੇ ਆ ਨਾ, ਤੇ ਸਰੀਰ ਤਿਆਗਣ ਦੇ ਸਮੇਂ ਐ ਕੋਈ ਡਰ ਨਹੀਂ ਹੁੰਦਾ ਉਹਨਾਂ ਨੂੰ, ਤੇ ਜਦੋਂ ਸਰੀਰ ਤਿਆਗਦੇ ਆ ਅੱਗੇ ਜਾ ਕੇ ਵੀ ਉਹਨਾਂ ਨੂੰ ਕੋਈ ਡਰ ਨਹੀਂ, ਅੱਗੇ ਜਾ ਕੇ ਵੀ ਵਡਿਆਈਆਂ ਮਿਲਦੀਆਂ, ਅੱਗੇ ਜਾ ਕੇ ਵੀ ਵਡਿਆਈਆਂ ਮਿਲਦੀਆਂ। ਸੰਗਤ ਜੀ, ਸਰੀਰ ਦਾ ਜੀਵਨ ਤੇ ਬਹੁਤ ਥੋੜਾ ਹੈਗਾ ਜੀ, ਆਪਾਂ ਵੇਖ ਲਈਏ ਅਜੇ ਇਹਦੇ ਵਿੱਚ ਹੈ ਨਾ ਜੀ, ਪਿੰਜਰੇ 'ਚ, ਅਤੇ ਪਿੰਜਰੇ ਨੂੰ ਹੀ ਸਾਰਾ ਕੁਝ ਸਮਝ ਬੈਠੇ ਹਾਂ। ਇਹ ਸਰੀਰ ਦਾ ਜੀਵਨ ਬਹੁਤ ਥੋੜ੍ਹਾ, ਵੱਧ ਤੋਂ ਵੱਧ ਨਹੀਂ 100 ਸਾਲ ਹੋਏਗਾ ਜੀ, ਪਰ ਆਤਮਾ ਦਾ ਸਫ਼ਰ ਬੜਾ ਲੰਬਾ ਹੈਗਾ ਜੀ। ਇਹ ਤਾਂ ਜਿਹੜੇ 50-100 ਸਾਲ ਜਿਹੜੀ ਉਮਰ ਥੋੜ੍ਹੀ ਬਹੁਤੀ ਮਿਲਦੀ ਹੈ ਨਾ ਜੀ, ਇਹ ਮਿਲਦੀ ਹੈ ਵੀ ਜੇ ਕੁਝ ਕਰ ਲਓਗੇ ਤਾਂ ਖੱਟ ਲਓਗੇ, ਨਹੀਂ ਤਾਂ ਬਹੁਤ ਔਖਾ ਜੀ। ਬਾਅਦ ਵਿੱਚ ਆਤਮਾ ਨੂੰ ਇੰਨੇ ਦੁੱਖ ਸਹਿਣੇ ਪੈਂਦੇ ਆ ਜਿਹਦਾ ਕੋਈ ਹਿਸਾਬ ਨਹੀਂ ਹੈਗਾ ਜੀ। ਇੱਕ ਵਾਰੀ ਮਿਲਦੀ, ਮਹਾਰਾਜ ਕਹਿੰਦੇ ਨਾ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰ ਇਹ ਵਿਅਰਥ ਕੰਮਾਂ ਦੇ ਵਿੱਚ ਖਰਾਬ ਹੋਈ ਜਾਂਦਾ ਸਮਾਂ, ਸਾਰਾ ਸਮਾਂ ਖਰਾਬ ਹੋਈ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਰੱਬ ਦੇ ਪਿਆਰੇ ਅੱਗੇ ਜਾਂਦੇ ਹੈ ਸਰੀਰ ਤਿਆਗਣ ਤੋਂ ਬਾਅਦ ਵੀ ਉਹਨਾਂ ਨੂੰ ਵਡਿਆਈ ਮਿਲਦੀ ਹੈ। ਹਾਂਜੀ, ਜਸ ਕੇ ਨਿਕਸੈ ਹੈ ਮਸਤਕ ਟੀਕਾ, ਉਹਨਾਂ ਦੇ ਮਸਤਕ ਤੇ ਪ੍ਰਭੂ ਸਿਮਰਨ ਦੇ ਜਸ ਦੇ ਜਿਹੜੇ ਮੱਥੇ ਤੇ ਤਿਲਕ ਲੱਗਦੇ ਹੈ, ਜਦੋਂ ਕੋਈ ਬੰਦਾ ਪੁਰਾਣੇ ਸਮੇਂ ਵਿੱਚ ਰਾਜਾ ਮਹਾਰਾਜਾ ਜਿੱਤ ਕੇ ਆਉਂਦਾ ਉਹਨੂੰ ਟਿੱਕਾ ਲਾਉਂਦੇ ਹੁੰਦੇ ਸੀਗੇ ਜੀ, ਵੀ ਇਹ ਜਿੱਤ ਕੇ ਆਇਆ ਜੀ। ਮਹਾਰਾਜ ਕਹਿੰਦੇ ਫਿਰ ਉਹਨੂੰ ਟਿੱਕੇ ਲੱਗਦੇ ਆ ਜਿੱਤ ਦੇ। ਹਾਂਜੀ, ਸੋ ਜਨ ਭਜਨ ਮਹਿ ਜਿਨ ਮਨ ਨੀਕਾ, ਕਿਹਨਾਂ ਦੇ, ਜਿਨ੍ਹਾਂ ਨੇ ਆਪਣਾ ਮਨ ਭਜਨ ਵਿੱਚ ਲਾਇਆ ਹੁੰਦਾ। ਗੱਜ ਕੇ ਆਖੋ ਵਾਹਿਗੁਰੂ। ਮਨ ਨੂੰ ਭਜਨ ਵਿੱਚ ਲਾਇਆ ਹੀ ਗੱਲ ਬਣਨੀ ਹੈ, ਜਿੰਨਾ ਚਿਰ ਤੱਕ ਮਨ ਇਕਾਗਰ ਨਹੀਂ ਹੁੰਦਾ ਭਜਨ ਵਿੱਚ ਨਹੀਂ ਲੱਗਦਾ, ਨਹੀਂ ਗੱਲ ਬਣਦੀ ਜੀ। ਹਾਂਜੀ, ਦੋਹਰਾ ਸ਼੍ਰੀ ਪਰਮੇਸ਼ਰ ਅਤ ਦਇਆ ਜਿਹ ਨਰ ਪ੍ਰਾਪਤ ਨਾਮ। ਤੇ ਫਿਰ ਪੁਰੋਹਿਤ ਪਾਂਧੇ ਨੂੰ ਮਹਾਰਾਜ ਦੱਸਦੇ ਆ, ਪਾਂਧੇ ਹਰਦਿਆਲ ਨੂੰ, ਗੋਪਾਲ ਦਾਸ ਨੂੰ, ਗੋਪਾਲ ਪਾਂਧੇ ਨੂੰ ਮਹਾਰਾਜ ਕਹਿੰਦੇ ਨਾਮ ਐਵੇਂ ਨਹੀਂ ਮਿਲਦਾ। ਗੱਜ ਕੇ ਆਖੋ ਵਾਹਿਗੁਰੂ। ਪਤਾ ਸਭ ਨੂੰ ਹੈ ਵੀ ਨਾਮ ਜਪਣਾ ਚਾਹੀਦਾ, ਇਹ ਬੜੀ ਵੱਡੀ ਘੁੰਡੀ ਹੈ। ਪਤਾ ਸਭ ਨੂੰ ਹੈ ਵੀ ਨਾਮ
ਜਪਣਾ ਚਾਹੀਦਾ ਪਰ ਸੰਗਤ ਜੀ ਨਾਮ ਜਪਣ ਨੂੰ ਜੀ ਨਹੀਂ ਕਰਦਾ ਜੀ। ਜੇ ਜੀ ਕਰੇ ਤੇ ਲੱਗਣ ਨਾ ਸਮਾਧੀਆਂ ਰੋਜ਼, ਜੀ ਨਹੀਂ ਕਰਦਾ, ਮਨ ਤਿਆਰ ਨਹੀਂ ਹੁੰਦਾ। ਪਤਾ ਕਈ ਵਾਰੀ ਸਾਰੀ ਸਾਰੀ ਦਿਹਾੜੀ ਬੰਦਾ ਜਦੋ ਜਹਿਦ ਕਰਦਾ ਰਹਿੰਦਾ ਵੀ ਹੁਣ ਜਪਦਾ ਹੁਣ ਜਪਦਾ ਹੁਣ ਕਰਦਾ, ਸਮਾਂ ਹੀ ਨਹੀਂ ਬਣਦਾ ਜੀ। ਇੰਨੇ ਵਾਰੇ ਪਾਠ ਕਰਾਂਗੇ, ਮੈਂ ਆਪਣੀ ਗੱਲ ਦੱਸਦਾ ਜੀ, ਇੰਨੇ ਵਾਰੇ ਪਾਠ ਕਰਾਂਗੇ, ਹੁੰਦਾ ਕੋਈ ਨਹੀਂ ਜੀ। ਜੀ ਕਰੇਗਾ ਵਾਹਿਗੁਰੂ ਪਤਾ ਹੈ, ਪਰ ਜੀ ਨਹੀਂ ਕਰਦਾ ਨਾਮ ਜਪਣ ਨੂੰ, ਜੀ ਨਹੀਂ ਕਰਦਾ। ਜੀ ਕਰਦਾ ਕੁਝ ਖਾ ਲਈਏ, ਕੁਝ ਪੀ ਲਈਏ, ਘੜੀ ਸੌਂ ਲਈਏ, ਜਾਂ ਆਹ ਕੰਮ ਕਰ ਲਈਏ, ਜੀ ਇਹਨਾਂ ਕੰਮਾਂ ਨੂੰ ਕਰਦਾ। ਅਤੇ ਜਦੋਂ ਸਾਰਾ ਦਿਨ ਲੰਘ ਜਾਂਦਾ ਫਿਰ ਪਛਤਾਵਾ ਹੁੰਦਾ ਮਨ ਨੂੰ ਵੀ, ਲੈ ਅੱਜ ਦੀ ਦਿਹਾੜੀ ਵੀ ਐਵੇਂ ਲੰਘ ਗਈ। ਢਾਈ ਘੰਟੇ ਕਈ ਗੁਰਮੁਖ ਪਿਆਰੇ ਕਹਿੰਦੇ ਵੀ ਸਮਾਂ ਕੱਢ ਲਓ, ਗੁਰੂ ਨੇ ਤਾਂ ਸਵਾਸ ਸਵਾਸ ਆਖਿਆ, ਪਰ ਇੰਨਾ ਵੀ ਨਹੀਂ ਕਈ ਵਾਰੀ ਨਿਕਲਦਾ ਜੀ ਕਿਸੇ ਕੋਲ, ਇੰਨਾ ਵੀ ਨਹੀਂ ਨਿਕਲਦਾ। ਹੁਣ ਖੇਡ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਫਿਰ ਕਹੋ ਜੀ ਵਾਹਿਗੁਰੂ। ਮਹਾਰਾਜ ਕਹਿੰਦੇ ਪਤਾ ਸਭ ਨੂੰ ਹੈ ਵੀ ਨਾਮ ਜਪਣਾ ਚਾਹੀਦਾ, ਜੀ ਨਹੀਂ ਕਰਦਾ। ਵੇਖੋ ਨਾ ਜੀ, ਜਿਹਦਾ ਜੀ ਕਰੇ ਫਿਰ ਉਹ ਕੰਮ ਕਰਦਾ ਜੀ, ਅੰਦਰੋਂ ਮਨ ਤਿਆਰ ਨਹੀਂ ਹੈਗਾ। ਮਹਾਰਾਜ ਕਹਿੰਦੇ ਨਾਮ ਉਹ ਜਪਦੇ ਹੈ ਜਿਨ੍ਹਾਂ ਉੱਤੇ ਰੱਬ ਮਿਹਰ ਕਰ ਦਿੰਦਾ ਹੈ ਜੀ। ਗੁਰਬਾਣੀ ਉਹ ਪੜ੍ਹਦੇ ਹੈ ਜਿਨ੍ਹਾਂ ਉੱਤੇ ਗੁਰੂ ਸਾਹਿਬ ਮਿਹਰ ਕਰਦੇ, ਜਿਨ੍ਹਾਂ 'ਤੇ ਬਖਸ਼ਿਸ਼ ਕਰਦੇ ਹੈ। ਹੁਣ ਇਹ ਗੱਲ ਸੁਣ ਕੇ ਵੀ ਬਹਾਨਾ 'ਚ ਜੇ ਕਹੋ ਕਿਸੇ ਨੂੰ ਵੀ ਨਿਤਨੇਮ ਇਹੋ ਜੀ, ਉਹ ਮਿਹਰ ਹੀ ਨਹੀਂ ਕਰਦਾ ਜੀ। ਅਤੇ ਜੇ ਤਾਂ ਕਿਸੇ ਨੂੰ ਪਤਾ ਲੱਗ ਜੇ ਵੀ ਇਹ ਕੰਮ ਜ਼ਰੂਰੀ, ਉਹ ਤਾਂ ਕਰੇਗਾ ਗੁਰੂ ਅੱਗੇ ਅਰਦਾਸਾਂ, ਮਹਾਰਾਜ ਮੇਰੇ 'ਤੇ ਵੀ ਮਿਹਰ ਕਰੋ ਸੱਚੇ ਪਾਤਸ਼ਾਹ, ਮੇਰੇ 'ਤੇ ਵੀ ਮਿਹਰ ਕਰੋ। ਅੱਜ ਇੱਕ ਮੁਸਲਮਾਨ ਨੂੰ ਸੁਣ ਰਿਹਾ ਸਾਂ, ਉਹ ਉਹਨਾਂ 'ਚ ਵੀ ਨਮਾਜ਼ ਪੜ੍ਹਦੇ ਕਈ ਦੇ, ਸਾਰੇ ਬੰਦਿਆਂ ਦਾ ਹਾਲ ਹੀ ਹੈ। ਉਹ ਕਹਿੰਦੇ ਨਾ ਤੂੰ ਆਖ ਵੀ ਤੈਨੂੰ ਟਾਈਮ ਨਹੀਂ ਲੱਗਾ, ਨਮਾਜ਼ ਨਹੀਂ ਪੜ੍ਹੀ ਗਈ। ਕਹਿੰਦੇ ਨਾ ਨਾ, ਤੇਰੇ ਭਾਗ ਹੀ ਮਾੜੇ ਹੈ, ਤੈਨੂੰ ਖੁਦਾ ਨੇ ਸੱਦਿਆ ਹੀ ਨਹੀਂ ਆਪਣੇ ਕੋਲ। ਕਹਿੰਦੇ ਤੇਰੇ ਭਾਗਾਂ 'ਚ ਕਸੂਰ ਹੈ, ਤੈਨੂੰ ਖੁਦਾ ਵੱਲੋਂ ਕਹਿੰਦੇ ਸੱਦਾ ਹੀ ਨਹੀਂ ਆਇਆ। ਜੇ ਕਿਸੇ ਨੂੰ ਵੱਡੇ ਮੰਤਰੀ ਦੀ ਕੁੜੀ ਦੇ ਵਿਆਹ ਦਾ ਸੱਦਾ ਆਇਆ ਹੋਵੇ ਤਾਂ ਬੰਦਾ ਭੱਜ ਭੱਜ ਜਾਂਦਾ, ਭੱਜ ਭੱਜ ਜਾਂਦਾ ਉਹਦਾ ਵੱਲ ਵੀ ਮੈਨੂੰ ਸੱਦਾ ਆਇਆ, ਸੱਦਾ ਆਇਆ। ਤੂੰ ਗੁਰੂ ਦੀ ਹਜ਼ੂਰੀ 'ਚ ਕਿਉਂ ਨਾ ਭੱਜ ਭੱਜ ਆਉਂਦਾ, ਤੇਰੇ ਭਾਗ ਮਾੜੇ, ਤੈਨੂੰ ਸੱਦਾ ਹੀ ਨਹੀਂ ਆਇਆ, ਤੈਨੂੰ ਸੱਦਾ ਹੀ ਨਹੀਂ ਆਇਆ। ਜੇ ਸੱਦਾ ਆਇਆ ਹੁੰਦਾ ਤਾਂ ਜਾਂਦਾ ਭੱਜ ਭੱਜ ਆਉਂਦਾ। ਇਹਦੇ ਵਾਸਤੇ ਮਨੋ ਅਰਦਾਸ ਕਰਨੀ, ਸੱਚੇ ਪਾਤਸ਼ਾਹ ਹੈ ਤਾਂ ਮਾੜੇ ਹੀ ਹਾਂ, ਪਰ ਸਾਡੇ 'ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਅਤੇ ਸਾਨੂੰ ਵੀ ਨਿਤਨੇਮ ਬਖਸ਼ੋ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ। ਇਹ ਕਹਿਣਾ ਪੈਣਾ, ਬੇਨਤੀ ਕਰਨੀ ਪੈਣੀ, ਤਾਂ ਥੋੜ੍ਹਾ ਜਿਹਾ ਸਮਾਂ ਲੱਗ ਗਿਆ। ਮਹਾਰਾਜ ਕਹਿੰਦੇ ਜਿਸ ਜਿਸ ਵਿਅਕਤੀ 'ਤੇ ਰੱਬ ਦੀ ਮਿਹਰ ਹੁੰਦੀ ਹੈ ਨਾ, ਉਹ ਨਾਮ ਦੀ ਪ੍ਰਾਪਤੀ ਉਹਨੂੰ ਹੁੰਦੀ ਹੈ, ਉਹ ਨਾਮ ਜਪਦਾ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਵੇਖੋ ਆਪਣੇ 'ਤੇ ਰੱਬ ਦੀ ਮਿਹਰ ਹੋ ਰਹੀ ਹੈ ਜੀ, ਗੁਰੂ ਜੀ ਦੀ ਮਿਹਰ ਹੋ ਰਹੀ। ਕਰੋ ਗੁਰੂ ਜੀ ਦਾ ਹੱਥ ਜੋੜ ਕੇ ਸ਼ੁਕਰ, ਮਹਾਰਾਜ ਸ਼ੁਕਰ ਹੈ ਆਪ ਜੀ ਦਾ, ਸੱਚੇ ਪਾਤਸ਼ਾਹ ਸਾਨੂੰ ਗਰੀਬਾਂ ਨੂੰ ਮੌਕਾ ਬਖਸ਼ਿਸ਼ ਕੀਤਾ, ਸੱਚੇ ਪਾਤਸ਼ਾਹ ਇਹ ਮੇਰਾ ਸਦਾ ਬਣਾਈ ਰੱਖਿਓ, ਸਦਾ ਦਇਆ ਰੱਖਿਓ, ਤੁਹਾਡੀ ਹਜ਼ੂਰੀ ਵਿੱਚ ਬੈਠ ਕੇ ਤੁਹਾਡਾ ਜਸ ਸੁਣਦੇ ਰਹੀਏ, ਗੁਰੂ ਗੁਰੂ ਜਪਦੇ ਰਹੀਏ, ਜਪਦੇ ਰਹੀਏ। ਹਾਂਜੀ, ਸ਼ਾਨ ਨਾਲ ਕਹਿ ਦਿੰਦੇ ਹੈ, ਅੱਜ ਮੈਨੂੰ ਸਮਾਂ ਹੀ ਨਹੀਂ ਲੱਗਾ ਨਿਤਨੇਮ ਦਾ। ਸਾਧ ਸੰਗਤ ਜੀ, ਇਹਦਾ ਮਤਲਬ ਦੇਣ ਹੀ ਅੱਜ ਸਾਡੇ ਵਾਸਤੇ ਮਾੜਾ, ਬਾਕੀਆਂ ਵਾਸਤੇ ਤਾਂ ਚੰਗਾ ਹੀ ਹੈ। ਕਿਉਂ? ਅੱਜ ਸਾਨੂੰ ਸੱਦਾ ਹੀ ਨਹੀਂ ਆਇਆ ਗੁਰੂ ਦਾ ਜੀ। ਗੁਰੂ ਨੇ ਕਿਹਾ ਅੱਜ ਤੂੰ ਮੇਰੀ ਗੋਦੀ 'ਚ ਨਹੀਂ ਬਹਿਣਾ, ਸਤਿਗੁਰੂ ਨੇ ਆਖਿਆ ਚੱਲ ਅੱਜ ਨਹੀਂ ਤੂੰ ਗੋਦੀ 'ਚ ਬਹਿ ਸਕਦਾ ਮੇਰੀ। ਇਸ ਕਰਕੇ ਅਰਦਾਸ ਬੇਨਤੀ ਕਰਨੀ, ਮਹਾਰਾਜ ਮਿਹਰ ਕਰੋ, ਗੁਰੂ ਨਾਨਕ ਜੀ ਮਿਹਰ ਕਰੋ,
ਗੁਰੂ ਨਾਨਕ ਜੀ ਮਿਹਰ ਕਰੋ, ਮਿਹਰ ਕਰੋ ਗੁਰੂ ਨਾਨਕ ਜੀ ਮਿਹਰ ਕਰੋ, ਮਿਹਰ ਕਰੋ ਗੁਰੂ ਨਾਨਕ ਜੀ ਮਿਹਰ ਕਰੋ। ਅਰਦਾਸ ਕਰਨੀ ਮਹਾਰਾਜ ਸਾਡੇ ਗਰੀਬਾਂ ਤੇ ਮਿਹਰ ਕਰੋ, ਕਿਰਪਾ ਕਰੋ, ਤਰਸ ਕਰੋ, ਅਸੀਂ ਵੀ ਕਰੀਏ। ਮਹਾਰਾਜ ਗੋਪਾਲ ਪਾਂਧੇ ਨੂੰ ਕਹਿ ਰਹੇ, ਮਹਾਰਾਜ ਕਹਿੰਦੇ ਪਾਂਧਾ ਜੀ ਜਿਹੜੇ ਤੇ ਰੱਬ ਦੀ ਮਿਹਰ ਹੁੰਦੀ ਉਹ ਨਾਮ ਜਪਦਾ ਹੈ। ਹਾਂਜੀ, ਬਾਤੈ ਬਕਨੀ ਬਦਨ ਤੇ ਬਾਤ ਸਰਸ ਬਿਨ ਕਾਮ। ਫਿਰ ਉਹਨਾਂ ਦੇ ਜਿਨ੍ਹਾਂ ਤੇ ਮਿਹਰ ਹੋ ਜਾਂਦੀ ਹੈ ਨਾ, ਮਹਾਰਾਜ ਉਹਨਾਂ ਬਾਰੇ ਦੱਸ ਰਹੇ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੋ ਜਾਂਦੀ ਹੈ ਨਾ, ਉਹ ਫਿਰ ਕੀ ਕਰਦੇ ਹੈ? ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਵਿਅਰਥ ਬੋਲਣ ਨੂੰ ਜੀ ਨਹੀਂ ਕਰਦਾ ਉਹਨਾਂ ਦਾ ਜੀ, ਵਿਅਰਥ ਬੋਲਣ ਨੂੰ ਜੀ ਨਹੀਂ ਕਰਦਾ। ਵੇਖ ਲਈਏ ਆਪਣਾ ਵੀ ਜੀ ਕਰਦਾ ਹੀ ਆ, ਯਾਰਾ ਕੋਈ ਗੱਲਬਾਤ ਹੀ ਕਰ ਮੇਰੇ ਨਾਲ, ਆਪਾਂ ਕਹਿੰਦੇ ਹਾਂ ਕੋਈ ਗੱਲਬਾਤ ਕਰੋ ਸਾਡੇ ਨਾਲ। ਕਹਿੰਦੇ ਜਿਨ੍ਹਾਂ 'ਤੇ ਮਿਹਰ ਹੋ ਜਾਂਦੀ, ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਉਹਨਾਂ ਨੂੰ ਵਿਅਰਥ ਉਹਨਾਂ ਦਾ ਬੋਲਣ ਨੂੰ ਕਿਸੇ ਨਾਲ ਜੀ ਨਹੀਂ ਕਰਦਾ। ਕਿਉਂ? ਉਹਨਾਂ ਨੂੰ ਪਤਾ ਇੱਕ ਇੱਕ ਖਿੰਨ ਬੜਾ ਕੀਮਤੀ ਹੈ, ਗੱਲਾਂ ਕੀਤੀਆਂ 'ਤੇ ਸਮਾਂ ਬਰਬਾਦ ਹੋ ਜਾਣਾ। ਅਬਰਿਆਰ ਪਿੰਡ 'ਚ ਮਾਰਿਆ ਚੌਂਕੜਾ ਭੂਆ ਜੀ ਹੋਣਾ ਜੀ, ਬੀਬੀ ਹੰਸ ਕੌਰ ਜੀ ਹੋਣਾ, ਉਹਨਾਂ ਦੇ ਕੋਲ ਭਾਵੇਂ 200 ਜਣਾ ਜਾ ਕੇ ਬਹਿ ਰਹੇ ਹਾਂ, ਬਸ ਲੋੜ ਦੀ ਗੱਲ ਕਰਦੇ ਅਤੇ ਬਸ ਫਿਰ ਨਾਮ ਜਪੀ ਜਾਂਦੇ ਜੀ, ਉਹ ਨਾਮ ਜਪੀ ਜਾਂਦੇ ਜੀ। ਭਾਵੇਂ 200 ਜਣਾ ਲਾ ਕੇ ਕੁਰਸੀ ਡਾਹ ਕੇ ਬੈਠਾ ਰਹੇ ਅਤੇ ਤੁਸੀਂ 5 ਘੰਟੇ ਜਾ ਕੇ ਬੈਠੇ ਰਹੋ, ਉਹਨਾਂ ਨਹੀਂ ਬੋਲਣਾ ਤੁਹਾਡੇ ਨਾਲ ਜੀ। ਉਹ ਬਸ ਇੱਕੋ ਹੀ ਕੰਮ ਹੈ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਬਹੁਤ ਘੱਟ ਲੋੜ ਅਨੁਸਾਰ ਬੋਲਦੇ ਜੀ, ਲੋੜ ਅਨੁਸਾਰ। ਹਾਂਜੀ, ਅਤੇ ਕਿਉਂ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਨਾ ਜੀ ਨਾਮ ਦੀ। ਹੁਣ ਤੁਸੀਂ ਚੁੱਪ ਹੋ ਕੇ ਬਹਿ ਜਾਓ, ਚੁੱਪ ਰਿਹਾ ਵੀ ਗਲਾ ਖਰਾਬ ਹੋ ਜਾਂਦਾ ਅਤੇ ਬਹੁਤਾ ਬੋਲਿਆ ਵੀ ਗਲਾ ਖਰਾਬ ਹੋ ਜਾਂਦਾ ਜੀ। ਚੁੱਪ ਰਹੋ ਤਾਂ ਵੀ ਗਲਾ ਖਰਾਬ, ਅਤੇ ਬਹੁਤਾ ਬੋਲੋ ਤਾਂ ਵੀ ਗਲਾ ਖਰਾਬ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਉਹ ਫਿਰ ਫਜ਼ੂਲ ਨਹੀਂ ਬੋਲਦੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਵਿਅਰਥ ਹੈ। ਹਾਂਜੀ, ਚੌਪਈ ਸੁਨ ਸੁਨ ਸ਼੍ਰੋਨਨ ਬੈਨਨ ਪਾਂਧਾ, ਨਿਜ ਚਿਤ ਮੈਂ ਲਖ ਮੰਤਰਨ ਬੰਧਾ। ਜਦੋਂ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੋਪਾਲ ਪਾਂਧੇ ਨੂੰ ਐਸੇ ਬਚਨ ਸੁਣਾਏ ਨਾ ਜੀ, ਉਹਦਾ ਤੇ ਮਨ ਕੀ ਲਿਆ ਗਿਆ ਜੀ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਸੱਪ ਬੀਨ ਦੀ ਆਵਾਜ਼ ਨਾਲ ਕੀ ਲਿਆ ਜਾਂਦਾ, ਉਹ ਹਿੱਲਦਾ ਨਹੀਂ ਹੈ ਫਿਰ ਇੱਧਰ ਉੱਧਰ, ਗੋਪਾਲ ਪਾਂਧਾ ਵੀ ਐਂ ਬੜੇ ਧਿਆਨ ਨਾਲ ਬਚਨ ਸੁਣਨ ਦਿਆ। ਹਾਂਜੀ, ਤਿਉਂ ਤਿਉਂ ਨਮਰ ਹੋਏ ਬਰ ਬਾਣੀ। ਜਿਉਂ ਜਿਉਂ ਮਹਾਰਾਜ ਜੀ ਦੇ ਬਚਨ ਸੁਣਨ ਦਿਆ, ਤਿਉਂ ਤਿਉਂ ਮਨ ਨੀਵਾਂ ਹੋਈ ਜਾਂਦਾ ਜੀ, ਮਨ ਸਹਿਮਤ ਹੋਈ ਜਾਂਦਾ ਨਾਲ। ਹਾਂਜੀ, ਬੂਜਨ ਹੇਤ ਬਧੈ ਸੁਖਦਾਨੀ। ਤੇ ਗੋਪਾਲ ਪਾਂਧਾ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੂੰ ਕੁਝ ਪੁੱਛਣਾ ਚਾਹੁੰਦਾ ਜੀ। ਹੁਣ ਚਾਹੁੰਦਾ ਵੀ ਮੈਂ ਇਹਨਾਂ ਨੂੰ ਪੁੱਛਾਂ, ਅੱਗੇ ਤੇ ਪਹਿਲਾਂ ਆਪਣੇ ਮਗਰ ਬੁਲਾਉਂਦਾ ਸੀ ਨਾ ਬੋਲਦੇ ਨਹੀਂ ਉਹ, ਹੁਣ ਮਹਾਰਾਜ ਨੂੰ ਕੁਝ ਪੁੱਛਣਾ ਚਾਹੁੰਦਾ ਜੀ ਉਹ। ਹਾਂਜੀ, ਪਾਤਸ਼ਾਹ ਭੂਪਤ ਇੱਕ ਕੀਤੇ, ਚਿਤ ਮੈਂ ਕਬ ਭਗਵੰਤ ਨਾ ਪ੍ਰੀਤੇ। ਸੱਚੇ ਪਾਤਸ਼ਾਹ ਗੋਪਾਲ ਪਾਂਧੇ ਨੂੰ ਸਮਝਾਉਂਦੇ ਹੈ, ਤੇ ਗੋਪਾਲ ਪਾਂਧੇ ਨੂੰ ਸਮਝਾਉਂਦਿਆਂ ਕਹਿੰਦੇ ਹੈ ਬੜੇ ਬੜੇ ਵੱਡੇ ਰਾਜੇ ਬਾਦਸ਼ਾਹ ਮਹਾਰਾਜ ਕਹਿੰਦੇ ਰੱਬ ਨੇ ਬਣਾਏ ਹੈ, ਪਰ ਚਿਤ ਮਹਿ ਕਬ ਭਗਵੰਤ ਨਾ ਪ੍ਰੀਤੇ, ਉਹਨਾਂ ਦੇ ਮਨ ਵਿੱਚ ਕਦੀ ਰੱਬ ਨਾਲ ਪਿਆਰ ਨਹੀਂ ਬਣਦਾ। ਗੱਜ ਕੇ ਆਖੋ, ਆਪਾਂ ਆਪਣਾ ਹੀ ਵੇਖ ਲਈਏ ਜੀ ਰਾਜਾ, ਹੈ ਕਿੰਨਾ ਕੁ ਪਿਆਰ ਹੈ ਕਿਤੇ ਉਹਦਾ ਪਰਮੇਸ਼ਰ ਨਾਲ ਜੀ, ਹੈਗਾ ਜੀ ਪਿਆਰ? ਕੋਈ ਪਿਆਰ ਨਹੀਂ ਹੈ ਜੀ, ਭੁੱਲ ਜਾਂਦੇ ਆ ਇਹ। ਹਾਂਜੀ, ਬਿਲਸਤ ਜਗਤ ਵਿਸਾਲ ਬਿਲਾਸਾ। ਕਿਉਂ ਭੁੱਲਦੇ ਆ ਉਹ? ਜਗਤ ਦੇ ਕੰਮਾਂ ਭੋਗਾਂ ਬਿਲਾਸਾਂ ਵਿੱਚ ਫਸ ਜਾਂਦੇ ਜੀ ਰਾਜੇ ਜਿਹੜੇ ਆ। ਵੇਖ ਲਓ ਹੁਣ ਕਿਹੜੇ ਰਾਜੇ ਨਹੀਂ ਹੈਗੇ ਜੀ, ਕੱਜ ਕੇ ਆਖੋ। ਵਾਹਿਗੁਰੂ, ਜਿਹੜੇ ਮੰਤਰੀ ਆਪਣੇ, ਆਪਾਂ ਆਪਣੇ ਦੇਸ਼ ਦਾ ਹੀ ਵੇਖ ਲਈਏ, ਜਿਹੜਾ ਸਦਾ ਜਿਹਦੀ ਬੜੀ ਬੜੀ ਵੱਡੀ ਵਡਿਆਈ ਹੈ, ਸਾਰੇ ਝੁੱਕਦੇ ਹੈ, ਫੌਜਾਂ ਦਾ ਮਾਲਕ, ਸਾਰੇ ਕਿਤੇ ਮਾਲਕ ਹੈ, ਕਿੰਨਾ ਕੁ ਨਾਮ ਦਾ ਪਹਿਰਾ ਹੈ ਜੀ ਕਿਤੇ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਪਤਾ ਕਿਉਂ ਭੁੱਲਦੇ ਹੈ? ਕਿਉਂਕਿ ਮਹਾਰਾਜ ਕਹਿੰਦੇ ਆ ਭੋਗ ਬਲਾਸਾਂ 'ਚ ਫਸ ਜਾਂਦੇ ਹੈ। ਹਾਂਜੀ,
ਹਿਰਦੇ ਨਾ ਕਦੇ ਨਾਮ ਪਰਵਾਸਾ, ਕੋਈ ਹਿਰਦੇ ਚ ਨਾਮ ਦਾ ਭਰੋਸਾ ਨਹੀਂ ਹੁੰਦਾ ਉਹਨਾਂ ਨੂੰ, ਕੋਈ ਹਿਰਦੇ ਚ ਨਾਮ ਦਾ ਭਰੋਸਾ ਨਹੀਂ ਹੁੰਦਾ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਰਾਜਿਆਂ ਨੂੰ ਕੋਈ ਹਿਰਦੇ ਚ ਨਾਮ ਦਾ ਭਰੋਸਾ ਨਹੀਂ ਹੁੰਦਾ, ਕੋਈ ਨਾਮ ਦਾ ਭਰੋਸਾ ਨਹੀਂ। ਜਿਨ੍ਹਾਂ ਨੂੰ ਨਾਮ ਦਾ ਭਰੋਸਾ ਹੋ ਜਾਵੇ ਉਹਨਾਂ ਦੀਆਂ ਬਾਤਾਂ ਹੀ ਵੱਖਰੀਆਂ ਬਣ ਜਾਂਦੀਆਂ ਜੀ, ਉਹਨਾਂ ਦੀਆਂ ਬਾਤਾਂ ਵੱਖਰੀਆਂ ਬਣ ਜਾਂਦੀਆਂ। ਇੱਕ ਰਾਜੇ ਨੇ ਕਥਾ ਸੁਣ ਲਈ ਜੀ, ਕਥਾ ਸੁਣਾਉਣ ਵਾਲਾ ਬੜਾ ਗੁਰਮੁਖ ਸੀਗਾ। ਰਾਜੇ ਨੇ ਕਥਾ ਸੁਣ ਲਈ ਅਤੇ ਰਾਜੇ ਨੇ ਸਮਾਂ ਕੱਢ ਲਿਆ ਵੀ ਮੈਂ ਭਜਨ ਕਰਿਆ ਕਰਨਾ, ਅਤੇ ਦੁਪਹਿਰ 2 ਵਜੇ ਤੱਕ ਉਹ ਭਜਨ ਕਰਦਾ ਹੁੰਦਾ ਸੀਗਾ ਜੀ। ਹਾਂਜੀ, ਦੁਪਹਿਰ ਦੇ 2 ਵਜੇ ਤੱਕ ਨਾ ਜੀ ਉਹ ਰਾਜਾ ਭਜਨ ਕਰਦਾ ਹੁੰਦਾ ਸੀਗਾ ਜੀ, ਅਤੇ ਲੋਕਾਂ ਆਈ ਜਾਣਾ ਅਤੇ ਤੰਗ ਕਰੀ ਜਾਣਾ ਜੀ ਉਹਨੂੰ, ਕਦੇ ਕਿਸੇ ਨੇ ਆ ਜਾਣਾ, ਉਹਨੂੰ ਬੜਾ ਵਿਘਨ ਮਹਿਸੂਸ ਹੋਣਾ ਵੀ ਮੈਂ ਨਿਤਨੇਮ ਭਜਨ ਕਰਨਾ ਅਤੇ ਵਿਘਨ ਪਾ ਦਿੰਦੇ ਆ। ਉਹਨੇ ਫਿਰ ਸਖਤੀ ਕਰਤੀ ਵੀ ਦੁਪਹਿਰ 2 ਵਜੇ ਤੱਕ ਜਿਹੜਾ ਮੇਰੇ ਕੋਲ ਆਇਆ ਮੈਂ ਮੈਨੂੰ ਭਜਨ ਕਰਦੇ ਨੂੰ ਤੰਗ ਕੀਤਾ ਉਹਦਾ ਗਲਾ ਵੱਢ ਦੇਣਾ ਕਹਿੰਦਾ। ਹੁਣ ਸਾਰੇ ਬੜੇ ਪਰੇਸ਼ਾਨ ਵੀ, ਪਰ ਰਾਜਾ ਬੜਾ ਸੁੱਖ 'ਚ ਆਨੰਦ 'ਚ, ਕਿਉਂ ਉਹਨੂੰ ਨਾਮ ਦਾ ਰਸ ਆ ਗਿਆ ਜੀ। ਅਤੇ ਖੇਡ ਕੀ ਬਣੀ, ਨਾਲ ਦੇ ਰਾਜ ਦੇ ਰਾਜੇ ਨੂੰ ਪਤਾ ਲੱਗ ਗਿਆ ਵੀ ਉਹ ਜਿਹੜਾ ਰਾਜਾ ਉਹ 2 ਵਜੇ ਤੱਕ ਕਿਸੇ ਨੂੰ ਮਿਲਦਾ ਹੀ ਨਹੀਂ, ਭਜਨ ਕਰਦਾ ਹੈ। ਅੱਜ ਕੇ ਆਖੋ ਵਾਹਿਗੁਰੂ। ਬਸ ਉਹਨੇ ਸਕੀਮ ਬਣਾ ਲਈ, ਉਹਨੇ ਕਿਹਾ ਵੀ ਉਹਨੇ ਕਰਨਾ ਭਜਨ, 2 ਵਜੇ ਤੱਕ ਉਹਨੇ ਮਿਲਣਾ ਨਹੀਂ ਕਿਸੇ ਨੂੰ, ਅਤੇ ਆਪਣਾ ਕੰਮ ਵਧੀਆ ਹੋ ਗਿਆ, ਆਪਾਂ ਪਿੱਛੋਂ ਹਮਲਾ ਕਰਕੇ ਸਾਰੇ ਰਾਜ 'ਤੇ ਕਬਜ਼ਾ ਕਰ ਲੈਣਾ ਜੀ। ਫਿਰ ਉਹ ਕੀ ਕਰ ਲਏਗਾ, ਆਪਾਂ ਹਮਲਾ ਕਰਕੇ ਸਾਰੇ ਰਾਜ 'ਤੇ ਕਰ ਲੈਣਾ ਕਬਜ਼ਾ। ਰਾਜੇ ਦੇ ਮੰਤਰੀ ਨੂੰ ਪਤਾ ਲੱਗਾ ਅਤੇ ਰਾਜੇ ਦੇ ਮੰਤਰੀ ਨੇ ਮਾਂ ਨੂੰ ਉਹਰੀ ਨੂੰ ਤੋਰਿਆ ਰਾਜੇ ਦੀ ਵੀ ਬਾਕੀਆਂ ਦਾ ਤਾਂ ਸਿਰ ਵੱਢੂ ਤੇਰਾ ਨਹੀਂ ਵੱਢੂ, ਤੂੰ ਮਾਂ ਹੈ। ਜਾ ਕੇ ਰਾਜੇ ਨੂੰ ਆਖੋ ਵੀ ਦੂਜੇ ਦੇਸ਼ ਦਾ ਰਾਜਾ ਜਿਹੜਾ ਉਹ ਆਪਣੇ ਰਾਜ ਭਾਗ 'ਤੇ ਹਮਲਾ ਕਰਨ ਲੱਗਾ, ਅਤੇ ਆਓ ਬਾਹਰ ਸਾਨੂੰ ਹੁਕਮ ਕਰੋ, ਅਸੀਂ ਉਹਨਾਂ ਚਿਰ ਤੱਕ ਕੁਝ ਕਰ ਨਹੀਂ ਸਕਦੇ ਜਿੰਨਾ ਚਿਰ ਤੱਕ ਤੁਹਾਡਾ ਹੁਕਮ ਨਾ ਹੋਏ। ਮਾਂ ਬੜਾ ਡਰਦੀ ਡਰਦੀ ਉਹਦੇ ਕੋਲ ਗਈ ਅਤੇ ਉਹ ਭਜਨ ਕਰਨ ਦਿਆ ਸੀ, ਜੁੜਿਆ ਬੈਠਾ ਸੀਗਾ ਜੀ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਉਹ ਜੁੜਿਆ ਬੈਠਾ ਸੀਗਾ, ਮਾਂ ਨੇ ਜਾ ਕੇ ਕਿਹਾ ਪੁੱਤ ਮੈਨੂੰ ਮਾਰੀ ਨਾ, ਅਤੇ ਮੈਂ ਤੇਰੇ ਭਜਨ 'ਚ ਵਿਘਨ ਪਾਉਣ ਲੱਗੀ ਹੈ, ਤੜਕੇ ਦਾ ਸਮਾਂ, ਪਰ ਅੱਜ ਸਾਡੇ ਰਾਜ 'ਤੇ ਦੂਜੇ ਰਾਜੇ ਨੇ ਹਮਲਾ ਕਰਕੇ ਅਤੇ ਸਾਡਾ ਰਾਜ ਭਾਗ ਆਪਣੇ ਅਧੀਨ ਕਰ ਲੈਣਾ, ਤਾਂ ਉੱਠ ਉੱਠ ਕੇ ਚੱਲ ਅਤੇ ਰਾਜ ਭਾਗ ਦੀ ਜਿੱਤ ਕਰਾ ਦੇ, ਲੜ ਜਾ ਕੇ। ਕਹਿੰਦਾ ਮਾਂ ਇਹ ਸਮਾਂ ਤਾਂ ਪਰਮੇਸ਼ਰ ਜੀ ਦਾ, ਇਸ ਸਮੇਂ 'ਚ ਕੋਈ ਹੇਰਾ ਫੇਰੀ ਨਹੀਂ ਹੋ ਸਕਦੀ, ਇਹ ਸਮਾਂ ਤਾਂ ਪਰਮੇਸ਼ਰ ਜੀ ਦਾ, ਬਾਅਦ 'ਚੋਂ ਉੱਠ ਕੇ ਵੇਖਾਂਗੇ ਵੀ ਕੀ ਕਰਨਾ ਕੀ ਨਹੀਂ ਕਰਨਾ, 2 ਵਜੇ ਤੱਕ ਮੈਨੂੰ ਨਹੀਂ ਤੰਗ ਕਰਨਾ। ਮਾਂ ਆ ਗਈ ਵਾਪਸ ਜੀ, ਉਧਰੋਂ ਹਮਲਾ ਹੋ ਗਿਆ ਜੀ, ਅਤੇ ਗੁਰਮੁਖ ਪਿਆਰੇ ਦੱਸਦੇ ਕਹਿੰਦੇ ਸ਼੍ਰੀ ਪਰਮੇਸ਼ਰ ਵਾਹਿਗੁਰੂ ਜੀ ਨੇ ਫਿਰ ਉਸੇ ਰਾਜੇ ਦਾ ਰੂਪ ਧਾਰਨ ਕੀਤਾ ਜੀ। ਫਿਰ ਜੀ ਤਾਂ ਉਸੇ ਕਮਰੇ 'ਚੋਂ ਬਾਹਰ ਆ ਗਏ ਸ਼੍ਰੀ ਪਰਮੇਸ਼ਰ, ਉਹ ਜਪ ਤਪ ਕਰਨ ਦੇ ਆਮਦਰ ਜੀ। ਪਰਮੇਸ਼ਰ ਜੀ ਨੇ ਰੂਪ ਧਾਰਨ ਕੀਤਾ, ਮੰਤਰੀ ਨੂੰ ਕਹਿੰਦਾ ਚੱਲ ਛੇਤੀ ਕਰ ਫੌਜਾਂ ਚਾੜ ਦੀਏ। ਘੋੜਾ ਕਢਾਇਆ ਰਾਜੇ ਦਾ ਅਤੇ ਪਰਮੇਸ਼ਰ ਜੀ ਬਹਿ ਗਏ, ਅਤੇ 2 ਵਜੇ ਤੋਂ ਪਹਿਲਾਂ ਪਹਿਲਾਂ ਉਸ ਰਾਜੇ ਨੂੰ ਹਰਾ ਕੇ ਭਜਾ ਕੇ ਵਾਪਸ ਭਜਾ ਦਿੱਤਾ ਜੀ, ਹਰਾ ਕੇ। ਅਤੇ 2 ਵਜੇ ਤੋਂ ਬਾਅਦ ਉਹ ਰਾਜਾ ਬਾਹਰ ਆਇਆ ਜੀ ਭਜਨ ਕਰਕੇ, ਅਤੇ ਉਹ ਵੇਖਦਾ ਵੀ ਮੇਰਾ ਘੋੜਾ ਵੀ ਸਾਉ ਸਾਈ ਹੋਇਆ, ਇਹਦੇ 'ਤੇ ਕਾਠੀ ਪਾਈ ਹੈ। ਉਹਨੇ ਬਾਹਰ ਆ ਕੇ ਮੰਤਰੀ ਨੂੰ ਪੁੱਛਿਆ, ਮੰਤਰੀ ਆ ਮੇਰੇ ਘੋੜੇ 'ਤੇ ਕਿੰਨੇ ਕਾਠੀ ਪਵਾਈ ਅਤੇ ਕੀ ਹੋਇਆ? ਮੰਤਰੀ ਹੱਥ ਜੋੜ ਕੇ ਕਹਿੰਦਾ, ਮਹਾਰਾਜ ਕਿਉਂ ਮਜ਼ਾਕ ਕਰਦੇ ਹੋ, ਹੁਣੇ ਤੁਸੀਂ ਤਾਂ ਜੰਗ ਜਿੱਤ ਕੇ ਆਏ ਹੋ ਅਤੇ ਉਸ ਰਾਜੇ ਨੂੰ ਭਜਾਇਆ। ਗੱਜ ਕੇ ਆਖੋ ਵਾਹਿਗੁਰੂ। ਅਤੇ ਉਸ ਰਾਜੇ ਨੇ ਹੱਥ ਜੋੜ ਕੇ ਦੱਸਿਆ, ਨਾ ਵੀਰਾ ਮੈਂ ਨਹੀਂ ਉਹ ਭਜਾਇਆ, ਜਿਹਦਾ ਸਿਮਰਨ ਕਰਨੇ ਸਾਂ ਉਹਨੇ ਹੀ ਭਜਾਇਆ ਸੀ, ਜਿਹੜੇ ਕਰਦੇ ਆ ਉਹਨਾਂ ਦੀ ਗੱਲ ਹੈ। ਹੁਣ ਇਹ ਗੱਲ ਬੋਲ ਕੇ ਅਤੇ ਸੁਣ ਕੇ ਆਪਾਂ ਸਾਰੇ ਅਰਦਾਸ ਕਰੀਏ, ਮਹਾਰਾਜ ਸਾਡੇ 'ਤੇ ਵੀ ਕਿਰਪਾ ਕਰੋ,
ਸਾਡੇ 'ਤੇ ਵੀ ਬਖਸ਼ਿਸ਼ ਕਰੋ, ਅਸੀਂ ਵੀ ਕਰ ਸਕੀਏ, ਅਸੀਂ ਵੀ ਜੁੜੀਏ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਆ, ਕਹਿੰਦੇ ਫਿਰ ਰਾਜੇ ਜਿਹੜੇ ਆ ਇਹ ਭੋਗ ਬਲਾਸਾਂ 'ਚ ਫਸ ਜਾਂਦੇ ਆ। ਨਿਸ ਬਾਸੁਰ ਐਸ਼ਨ ਮੈਂ ਜੈਸੇ ਉਤਪਲ ਮੈਂ ਅਲ ਮਿਲਵਤ ਜੈਸੇ, ਜਿਵੇਂ ਭੋਰਾ ਫੁੱਲ ਨੂੰ ਚੰਬੜ ਜਾਂਦਾ ਨਾ ਜੀ, ਮਹਾਰਾਜ ਕਹਿੰਦੇ ਉਵੇਂ ਇਹ ਫਿਰ ਵਿਕਾਰਾਂ ਨੂੰ ਚੰਬੜ ਜਾਂਦੇ ਆ ਰਾਜੇ। ਹਾਂਜੀ, ਅੰਤ ਸਮਾਂ ਨਹਿ ਸਿਮਰਹਿ ਸੋਉ, ਜਿਉਂ ਅਗ ਲਖ ਹੈ ਨਾ ਲੁਪ ਕੋਉ। ਅੰਤ ਸਮੇਂ ਦੀ ਉਹਨਾਂ ਨੂੰ ਚੇਤਾ ਨਹੀਂ ਰਹਿੰਦਾ ਅਤੇ ਕਹਿੰਦੇ ਬਸ ਫਸ ਜਾਂਦੇ ਵਿਕਾਰਾਂ 'ਚ। ਮਹਾਰਾਜ ਕਹਿੰਦੇ ਮਰਨਾ ਚੇਤਾ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਨਾ ਬੋਲਣਾ ਜਾਣਾ ਮਾਇਆ ਮਦ ਮਾਤਾ, ਮਰਨਾ ਚੀਤ ਨਾਵ। ਹਾਂਜੀ ਹਾਂਜੀ, ਦੋਹਰਾ ਜਿਨ ਦੀਨੋ ਤਨ ਮਨ ਧਨੰ, ਤਿਸ ਤੇ ਅਸ ਅਨਜਾਨ, ਦਾਦੁਰ ਕਰਦਮ ਮਲ ਮਿਲ ਕੀਮ ਨਾ ਕਮਲ ਪਛਾਣ। ਹੁਣ ਜਿਸ ਵਾਹਿਗੁਰੂ ਨੇ ਰਾਜ ਭਾਗ ਦਿੱਤਾ, ਰਾਜਿਆਂ ਦੀ ਗੱਲ ਛੱਡੋ ਆਪਣੀ ਗੱਲ ਕਰੀਏ, ਜਿਹਨੇ ਰਹਿਣ ਵਾਸਤੇ ਘਰ ਦਿੱਤਾ ਜੀ, ਵਧੀਆ ਕਮਰੇ, ਬੜਾ ਵਧੀਆ ਸਾਧ ਸੰਗਤ ਜੀ ਗੱਲ 'ਚ ਕੱਪੜੇ ਪਾਏ ਆ, ਛਕਣ ਛਕਾਉਣ ਨੂੰ ਵਧੀਆ ਜੀ ਹਜ਼ੂਰੀ ਹੈ, ਉਸ ਰੱਬ ਨੂੰ ਛੱਡ ਕੇ ਬੰਦਾ ਹੋਰ ਪਾਸੇ ਧਿਆਨ ਲਾਈ ਰੱਖੇ, ਮਹਾਰਾਜ ਕਹਿੰਦੇ ਡੱਡੂ ਵਰਗਾ ਹੈ ਉਹ ਬੰਦਾ। ਡੱਡੂ ਅੰਮ੍ਰਿਤ ਜਲ ਵਿੱਚ ਰਹਿੰਦਾ ਪਰ ਕੀ ਖਾਂਦਾ ਜੀ, ਕਾਈ ਖਾਂਦਾ ਜੀ। ਅਤੇ ਇਹ ਆਪਾਂ ਵੀ ਫਿਰ ਬਹੁਤੇ ਬੰਦੇ ਫਿਰ ਐਸੇ ਹੀ ਹੋ ਜਾਂਦੇ ਆ, ਵਾਹਿਗੁਰੂ ਦੀਆਂ ਦਾਤਾਂ ਵਿੱਚ ਰਹਿੰਦੇ ਹਾਂ ਪਰ ਉਹਦੇ ਨਾਲ ਧਿਆਨ ਨਹੀਂ ਲਾਉਂਦੇ ਜੀ, ਉਹਦਾ ਕੋਈ ਧੰਨਵਾਦ ਨਹੀਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਤੋ ਪ੍ਰਸਾਦ ਹੈ, ਤੋ ਪ੍ਰਸਾਦ, ਤੋ ਪ੍ਰਸਾਦ। ਹਾਂਜੀ, ਬਿਸਰੈ ਬੈਸ ਬਿਹਾਵੈ ਸਭ ਹੀ, ਨਾਮ ਨਾ ਚਿਤ ਮੈਂ ਬਿਤਵਹੁ ਕਬਹੀ। ਮਹਾਰਾਜ ਕਹਿੰਦੇ ਫਿਰ ਨਾਮ ਤੋਂ ਬਗੈਰ ਗੋਪਾਲ ਪਾਂਦੇ ਉਮਰ ਵਿਅਰਥ ਹੋ ਜਾਂਦੀ, ਉਹ ਐਸੀ ਵਿਅਰਥ ਹੁੰਦੀ, ਉਹ ਮੁੜ ਮੌਕਾ ਨਹੀਂ ਉਹ ਹੱਥ ਹੁੰਦਾ। ਹਾਂਜੀ, ਸੁਖ ਸੋ ਬਿਸਵ ਬਸਵ ਹੈ ਬਸ ਸੇਤੀ, ਹਿਰਦੇ ਕਦਾ ਚਿਤ ਸੁਧ ਨਾ ਅਗੇਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਹਿਰਦੇ 'ਚ ਕਦੀ ਵੀ ਸੁੱਖ ਨਹੀਂ ਉਹ ਬੱਝਦਾ, ਐਸੇ ਉਹ ਦੁਖੀ ਹੋ ਜਾਂਦੇ ਆ। ਸੋ ਗਰੀਬ ਨਿਵਾਜ ਕਿਰਪਾ ਕਰਨ ਸਾਧ ਸੰਗਤ ਜੀ, ਹੁਣ ਕੁਝ ਸਮਾਂ ਆਪਾਂ ਵਾਹਿਗੁਰੂ ਵਾਹਿਗੁਰੂ ਜਪ ਲਈਏ। ਉਹਦਾ ਕਾਰਨ ਜਦੋਂ ਨਾਮ ਦੀਆਂ ਹੀ ਇੰਨੀਆਂ ਬਾਤਾਂ ਸੁਣੀਆਂ ਹੋਣ ਅਤੇ ਘੜੀ ਸੰਗਤ ਵਿੱਚ ਬੈਠ ਕੇ ਗੁਰੂ ਗੁਰੂ ਜਪੀਏ ਤਾਂ ਕਿ ਸਾਡਾ ਮਨ ਜੁੜੇ ਜੀ। ਸਭ ਕੁਝ ਉਹਦਾ ਦਿੱਤਾ ਹੋਇਆ ਜੀ, ਸਭ ਕੁਝ ਦਿੱਤਾ। ਜੇ ਵੇਖੋ ਨਾ ਜੀ, ਰਾਜੇ ਅਤੇ ਦੂਜਾ ਰਾਜਾ ਹਮਲਾ ਕਰਨ ਦਿਆ ਅਤੇ ਰਾਜਾ ਕਹਿੰਦਾ ਵੀ ਮੈਂ ਜਿੰਨਾ ਸਮਾਂ ਨਿਤਨੇਮ ਕਰਦਾ ਮੈਂ ਉਹ ਕਰਕੇ ਹੀ ਆਉਣਾ ਹੈ ਜੀ, ਕਿੱਡੀ ਵੱਡੀ ਪ੍ਰਾਪਤੀ ਵਾਲੀ ਗੱਲ ਹੈ। ਸੋ ਆਓ ਬੜੇ ਪ੍ਰੇਮ ਨਾਲ ਸਾਵਧਾਨ ਹੋ ਕੇ ਧਿਆਨ ਜਿਹੜਾ ਉਹ ਵਾਹਿਗੁਰੂ ਜੀ ਦੇ ਨਾਮ ਵਿੱਚ ਜੋੜ ਕੇ ਸਾਰੇ ਜਪੋ ਜੀ। ਵਾਹਿਗੁਰੂ ਵਾਹਿਗੁਰੂ, ਆਪਣੇ ਮੁਖ ਤੋਂ ਬੋਲਣਾ ਅਤੇ ਕੰਨਾਂ ਤੋਂ ਸੁਣਨਾ ਹੈ, ਨੇਤਰ ਬੰਦ ਰੱਖਣੇ ਆ। ਜਿਹੜਾ ਸਾਡਾ 60-80% ਧਿਆਨ ਹੈ ਅੱਖਾਂ ਖੁੱਲੀਆਂ ਹੋਣ ਕਰਕੇ ਇੱਧਰ ਉੱਧਰ ਜਾਂਦਾ ਹੈ। ਆਓ ਬੜੇ ਪ੍ਰੇਮ ਨਾਲ ਕਹੋ ਜੀ, ਵਾਹਿਗੁਰੂ 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 ਵਾਹਿਗੁਰੂ।
ਗੁਰੂ ਸਾਹਿਬ ਮਿਹਰ ਕਰਦੇ ਹੈ, ਜਿਹੜੇ ਐਨ ਸਮਾਂ ਕੱਢਦੇ, ਜਿਹੜੀਆਂ ਕਥਾਵਾਂ ਪਿਛਲੇ ਸਮੇਂ ਦੀਆਂ ਸੁਣਦੇ, ਹੁਣ ਵੀ ਵਰਤਦੀਆਂ, ਬਸ ਇਹ ਸਮਾਂ ਦੇਣ ਦੀ ਲੋੜ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਕਹਿੰਦੇ ਆ ਨਾ, ਜਿਹਦੇ 'ਤੇ ਰੱਬ ਮਿਹਰ ਕਰਦਾ ਉਹ ਨਾਮ ਜਪਦਾ ਹੈ। ਅਤੇ ਹੁਣ ਇਹ ਥੋੜ੍ਹੀ ਵੀ ਆਪਾਂ ਕਹਿਣਾ ਵੀ ਮਿਹਰ ਨਹੀਂ ਹੈਗੀ ਤਾਂ ਜਪਣਾ ਹੀ ਨਹੀਂ ਹੈ, ਅਰਦਾਸ ਹੀ ਕਰੀ ਜਾਣੀ, ਸੱਚੇ ਪਾਤਸ਼ਾਹ ਮਿਹਰ ਕਰੋ, ਕਿਰਪਾ ਕਰੋ, ਦਇਆ ਕਰੋ, ਮਹਾਰਾਜ ਸਾਡੇ ਗਰੀਬਾਂ ਕੋਲ ਵੀ ਆਪਣਾ ਨਾਮ ਜਪਾਓ, ਮਹਾਰਾਜ ਸਾਡੇ ਕੋਲ ਵੀ ਬਾਣੀ ਪੜ੍ਹਾਓ, ਸਾਨੂੰ ਵੀ ਸੱਦਾ ਭੇਜੋ, ਅਸੀਂ ਵੀ ਤੁਹਾਡੀ ਹਜ਼ੂਰੀ 'ਚ ਬੈਠੀਏ। ਜਿਹੜਾ ਮਨੋ ਅਰਦਾਸ ਕਰਦਾ ਫਿਰ ਗੁਰੂ ਸਾਹਿਬ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਉਹਨੂੰ ਸਮਾਂ ਬਖਸ਼ਦੇ ਹੈ, ਉਹਨੂੰ ਸਮਾਂ ਬਖਸ਼ਿਸ਼ ਕਰਦੇ। ਜਿਸ ਦਿਨ ਗੁਰੂ ਸਾਹਿਬ ਫਿਰ ਸਮਾਂ ਬਖਸ਼ ਕੇ ਬੰਦੇ ਨੂੰ ਬਿਠਾ ਦਿੰਦੇ ਆ ਨਾ ਜੀ, ਉਦਣ ਦਾ ਰਸ ਆਨੰਦ ਵੇਖਿਓ, ਆਪ ਬੜਾ ਬੜਾ ਚਿਰ ਬਹਿਣ ਵਿੱਚ ਵੀ ਉਹ ਰਸ ਆਨੰਦ ਨਹੀਂ ਬਣੇਗਾ, ਜਿੱਦਣ ਗੁਰੂ ਬਿਠਾਊ ਉਦਣ ਦਾ ਆਨੰਦ ਹੀ ਵੱਖਰਾ ਹੋਊ, ਉਦਣ ਦਾ ਆਨੰਦ ਵੱਖਰਾ ਹੁੰਦਾ। ਪਿਆਰੀ ਸਾਧ ਸੰਗਤ ਜੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਹੋਰ ਭਜਨ ਕਰਨ ਦਾ, ਸਿਮਰਨ ਕਰਨ ਦਾ, ਸੰਗਤ ਕਰਨ ਦਾ ਬਲ ਬਖਸ਼ਣ। ਅਰਦਾਸ ਕਰਨੀ ਹੈ, ਮਹਾਰਾਜ ਗਰੀਬ ਨਿਵਾਜ ਸਾਡੇ 'ਤੇ ਤਰਸ ਕਰਿਓ, ਕਿਰਪਾ ਕਰਿਓ, ਬਖਸ਼ਿਸ਼ ਕਰਿਓ, ਜਿੱਥੇ ਹੋਰਨਾਂ ਗੁਰਮੁਖਾਂ 'ਤੇ ਮਿਹਰ ਕੀਤੀ ਹੈ ਸਾਡੇ 'ਤੇ ਵੀ ਮਿਹਰ ਕਰੋ, ਸਾਡੇ 'ਤੇ ਕਿਰਪਾ ਕਰੋ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹਾ